हां जी स्टूडेंट्स इस वीडियो ਦੇ ਵਿੱਚ ਮੈਂ ਕਲਾਸ 10th ਦੇ ਲਈ ਮੈਥਮੈਟਿਕਸ ਦਾ ਜੋ ਇਗਜ਼ਾਮ 16 ਮਈ ਨੂੰ ਹੋ ਚੁੱਕਿਆ ਉਸਦੇ ਆਨਸਰਸ ਤੁਹਾਡੇ ਨਾਲ ਜਿਹੜੇ ਕਿ ਸੋਲੂਸ਼ਨ ਆ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਤਾਂ ਕਿ ਤੁਸੀਂ ਜਾਣ ਸਕੋ ਕਿ ਕਿਸ ਜਿਹੜੇ ਕਿ ਸਵਾਲ ਦਾ ਕਿਸ ਸੰਬੰਧ ਦਾ ਕੀ ਆਨਸਰ ਸੀ ਕਿ ਤੁਸੀਂ ਕੀ ਕੀਤਾ ਕਿ ਉਹ ਕਰੈਕਟ ਹੈ ਜਾਂ ਰੋਂਗ ਹੈ ਤੁਸੀਂ ਆਪਣੇ ਆਨਸਰ ਆ ਜਿਹੜੇ ਕਿ ਜੋ ਮੈਂ ਤੁਹਾਨੂੰ ਸੋਲੂਸ਼ਨ ਦੱਸੂਗੀ ਇਹਨਾਂ ਦੇ ਤੁਸੀਂ ਉਹਨਾਂ ਨਾਲ ਆਪਣੇ ਆਨਸਰ ਆ ਜਿਹੜੇ ਕਿ ਮਤਲਬ ਕਿ ਤੁਹਾਨੂੰ ਤੁਸੀਂ ਜਾਣ ਪਾਉਂਗੇ ਕਿ ਤੁਸੀਂ ਸਹੀ ਕੀਤਾ ਸੀ ਜਾਂ ਰੋਂਗ ਕੀਤਾ ਸੀ ਆਈ ਹੋਪ ਨੂੰ ਤੁਸੀਂ ਸਾਰੇ ਨੇ ਆਪਣਾ ਐਗਜ਼ਾਮ ਜਿਹੜੀ ਕਿ ਬਹੁਤ ਵਧੀਆ ਕੀਤਾ ਹੋਣਾ ਹਾਂਜੀ ਸਟਾਰਟ ਕਰਦੇ ਆ ਤੇ ਮੇਰੇ ਕੋਲ ਸਟੂਡੈਂਟਸ ਇਹ ਸੈੱਟ ਬੀ ਹੈ ਤੇ ਏ ਤੇ ਸੀ ਸਿਮਿਲਰ ਹੋਣਗੇ ਬਟ ਉਹਨਾਂ ਦੇ ਜਿਹੜੇ ਕਿ ਜੋ ਪੋਜੀਸ਼ਨ ਹੈ ਸਮ ਦੀ ਉਹ ਅੱਗੇ ਪਿੱਛੇ ਹੋਊਗੀ ਤਾਂ ਸਟਾਰਟ ਕਰਦੇ ਆਪਾਂ ਭਾਗ ਊੜੇ ਦੇ ਵਿੱਚ ਪਹਿਲਾਂ ਦੋ ਦੋ ਅੰਕਾਂ ਵਾਲੀ ਸੀ ਇਨਾਂ ਦੇ ਵਿੱਚ ਪਹਿਲਾ ਸਵਾਲ ਸੀ ਜੋ ਤੁਹਾਡਾ 10 ਅਤੇ 250 ਦੇ ਵਿਚਕਾਰ ਚਾਰ ਦੇ ਕਿੰਨੇ ਗੁਣਜ ਨੇ ਤਾਂ ਇਹਦੇ ਵਿੱਚ ਦੇਖਣਾ ਸੀ ਕਿ 10 ਤੋਂ ਲੈ ਕੇ 250 ਦੇ ਵਿਚਕਾਰ ਜਿਹੜੇ ਕਿ ਕਿੰਨੇ ਗੁਣਜ ਨੇ ਇਹ ਦੇਖਣਾ ਸੀ ਆਪਾਂ ਨੇ ਤਾਂ ਇਹਦੇ ਵਿੱਚ ਮਤਲਬ ਕਿ 10 ਤੋਂ ਲੈ ਕੇ 250 ਦੇ ਵਿਚਕਾਰ ਜਿਹੜੇ ਚਾਰ ਨਾਲ ਡਿਵਾਈਡ ਹੁੰਦੇ ਨੇ ਉਹ ਦੇਖਣੇ ਸੀ ਵੀ ਜਿਹਨਾਂ ਨੂੰ ਚਾਰ ਆ ਜਿਹੜੇ ਕਿ ਭਾਗ ਕਰ ਸਕਦਾ ਚਾਰ ਨਾਲ ਭਾਗ ਹੁੰਦੇ ਨੇ ਜਿਹੜੇ ਉਹ ਦੇਖਣੇ ਸੀ 10 ਤੋਂ ਲੈ ਕੇ ਉਹ ਆਉਣਗੇ 12 ਠੀਕ ਹੈ 12 16 20 ਅੱਗੇ ਗਿਣ ਲੈਣ ਚੱਲੀ ਜਾਊਗੀ ਤੇ ਲਾਸਟ ਆਪਣਾ ਨੰਬਰ ਆ ਜਾਊਗਾ 248 ਠੀਕ ਹੈ ਤਾਂ ਹੁਣ ਇਹਦੇ ਵਿੱਚ ਫਾਰਮੂਲਾ ਕਿਹੜਾ ਲਾਉਣਾ ਸੀ ਆਪਾਂ ਨੇ ਲਾਉਣਾ ਸੀ ਏ ਐਨ ਠੀਕ ਹੈ ਏ ਐਨ a (n 1) d ਇਹ ਵਾਲਾ ਫਾਰਮੂਲਾ ਲੱਗਣਾ ਸੀ ਇਹਦੇ ਵਿੱਚ ਤਾਂ ਹੁਣ ਇਹਦੇ ਵਿੱਚ a ਕੀ ਸੀ 12 d ਕਿੰਨੀ ਨਿਕਲੂਗੀ d ਨਿਕਲਦੀ ਹੈ a2 a1 ਤਾਂ a2 ਕਿੰਨੀ ਆ 16 a1 ਕਿੰਨੀ ਆ 12 ਤਾਂ d ਕਿੰਨੀ ਆ ਗਈ 4 ਠੀਕ ਹੈ ਹੁਣ ਬਾਕੀ ਆਪਾਂ ਇਹ ਫਾਰਮੂਲੇ ਚ ਪੁੱਟ ਕਰਦੇ ਆ ਤਾਂ ਇਸ ਦੇ ਅਕੋਰਡਿੰਗ ਆਪਣਾ ਆਪਣਾ ਫਾਰਮੂਲਾ ਸੀ ਠੀਕ ਹੈ an ਹਾਂਜੀ ਆਪਾਂ ਨੇ ਫਾਰਮੂਲਾ ਲਿਖਿਆ ਹੁਣ ਆਪੇ ਇਹਦੇ ਵਿੱਚ ਫਿਲ ਕਰਦੇ ਆ ਏ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣਾ ਬਣਦਾ ਸੀ 12 ਡੀ ਆਪਣਾ 4 ਆ ਗਿਆ ਸੀ ਤਾਂ ਹੁਣ ਆਪਾਂ ਨੇ ਐਨ ਕੱਢਣੀ ਹੈ ਇਹ ਵਾਲੀ ਐਨ ਕੱਢਣੀ ਹੈ ਠੀਕ ਹੈ ਤਾਂ ਇੱਥੇ ਆਪਾਂ ਐਨ ਇਹ ਮਤਲਬ ਕਿ ਜਿਹੜਾ ਲਾਸਟ ਨੰਬਰ ਹੈ ਇਹ ਫਿਲ ਕਰ ਲਾਂਗੇ ਬਟ ਐਨ ਆਪਾਂ ਨੇ ਕੱਢਣੀ ਆ ਹੁਣ ਇਹਦੇ ਵਿੱਚ ਤਾਂ ਇਹਦੇ ਵਿੱਚ ਆਪਾਂ ਫਿਲ ਕਰਦੇ 248 ਏ ਆਪਣਾ ਆ ਗਿਆ 12 ਪਲੱਸ n 1 ਕੋਮੇ ਰੱਖਿਆ ਤੇ d ਆਪਣੀ ਆ ਗਈ 4 ਤਾਂ ਹੁਣ ਇਹਦੇ ਵਿੱਚ ਆਪਾਂ ਸੋਲਵ ਕਰਾਂਗੇ 248 ਤੋਂ ਬਾਅਦ ਜਿਹੜਾ 12 ਤੋਂ ਬਾਅਦ ਬਰਾਬਰ ਤੋਂ ਬਾਅਦ 12 ਮਤਲਬ ਕਿ ਉਹ ਪਲੱਸ ਦਾ ਤਾਂ ਇਹਨੂੰ ਆਪਾਂ ਮਾਈਨਸ ਚ ਲੈ ਜਾਾਂਗੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ ਇਹਨੂੰ ਉੱਤੋਂ ਲੈ ਕੇ ਜਾਣ ਤੋਂ ਬਾਅਦ 4 n 1 ਇਹਨੂੰ ਬ੍ਰੈਕਟ ਚ ਕਰ ਦਾਂਗੇ ਤਾਂ 248 ਦੇ ਵਿੱਚੋਂ 12 ਮਾਈਨਸ ਕਰੇ 236 ਬਰਾਬਰ 4 ਨੂੰ n ਵਾਲਾ ਜਿਹੜੇ ਕਿ ਆਪਾਂ ਨੇ ਗੁਣਾ ਕਰਤੀ 4n ਫਿਰ 4 ਨੂੰ 1 ਨਾਲ ਕਰੀ 4 ਇਹ ਐਵੇਂ ਵੀ ਹੋ ਸਕਦਾ ਅਗਰ ਤੁਸੀਂ ਇੱਥੇ ਮਲਟੀਪਲਾਈ ਨਹੀਂ ਵੀ ਕਰਨੀ ਤਾਂ ਦੂਜੇ ਤਰ੍ਹਾਂ ਵੀ ਅਨਸਰ ਆਜੂਗਾ ਉਹਦੇ ਵਿੱਚ n ਫਿਰ ਲਾਸਟ ਦੇ ਵਿੱਚ ਜਾ ਕੇ ਜਿਹੜੀ ਕਿ ਪਲੱਸ ਹੋ ਜੂਗੀ ਠੀਕ ਹੈ ਤਾਂ ਇਹਦੇ ਵਿੱਚ ਆਪਣਾ ਆ ਗਿਆ 236 ਤੈ ਹੋ ਗਿਆ ਠੀਕ ਹੈ 236 ਇਹ ਜਿਹੜਾ ਉਧਰ ਪਲੱਸ ਦਾ ਮਾਈਨਸ ਦਾ ਹੈਗਾ 4 ਇਹਨੂੰ ਆਪਾਂ ਇੱਧਰ ਲੈ ਕੇ ਪਲੱਸ ਦਾ ਕਰ ਲਿਆ ਬਰਾਬਰ ਹੋ ਗਿਆ 4n ਤਾਂ ਉਸ ਤੋਂ ਬਾਅਦ 236 ਦੇ ਵਿੱਚ 4 ਜਿਹੜਾ ਕਿ ਜਦੋਂ ਆਪਾਂ ਪਲੱਸ ਕਰਦੇ ਆ ਤਾਂ ਆਪਣਾ ਬਣ ਗਿਆ 240 ਬਰਾਬਰ ਕਿੰਨੀ ਆ ਗਈ 4n ਤਾਂ n ਆਪਾਂ ਇੱਧਰ ਕੱਢ ਲਾਂਗੇ 240 4 ਤਾਂ 4 ਦੇ ਟੇਬਲ ਤੇ ਜਿਹੜੇ ਕਿ 240 ਕੱਟ ਜੂਗਾ 6 4 24 6 ਨਾਲ 0 ਤਾਂ n ਆਪਣੀ ਆ ਗਈ ਸੀ 60 ਤਾਂ ਫਰਸਟ ਜਿਹੜਾ ਸਮ ਸੀ ਉਸ ਦਾ ਰਾਈਟ ਆਨਸਰ ਸੀ ਸਟੂਡੈਂਟ 60 60 ਜਿਹੜੇ ਕੀ n ਸੀ ਤੁਹਾਡੀ ਇਸ ਤੋਂ ਇਲਾਵਾ ਇਹ ਇੱਥੇ ਆਪਾਂ ਨੇ ਮਲਟੀਪਲਾਈ ਕੀਤਾ ਵਿਦਆਊਟ ਮਲਟੀਪਲਾਈ ਤੋਂ ਵੀ ਆ ਜਾਊਗਾ ਠੀਕ ਉਹਦੇ ਵਿੱਚ ਲਾਸਟ 'ਚ ਜਾ ਕੇ 9 ਜਿਹੜੇ ਕੀ n 1 ਕਰ ਦੇਣਾ ਠੀਕ ਹੈ ਜਿਵੇਂ ਮਰਜ਼ੀ ਕਰ ਸਕਦੇ ਹੋ ਇਹਦਾ ਰਾਈਟ ਆਨਸਰ ਆ ਜਿਹੜੇ ਕੀ 60 ਸੀ ਫਰਸਟ ਸਬੰ ਦਾ ਰਾਈਟ ਆਨਸਰ 60 ਹਾਂਜੀ ਹੁਣ ਸੈਕੰਡ ਦੇਖਦਾ ਸੈਕੰਡ ਕੀ ਸੀ ਹਾਂਜੀ ਸੈਕੰਡ ਦੇ ਵਿੱਚ ਆਪਾਂ ਨੂੰ ਜਿਹੜੇ ਕੀ ਦਿੱਤਾ ਹੋਇਆ ਸੀ BD ਜਿਹੜੇ ਕਿ ਸਮਾਂਤਰ BC ਦੇ ਆ ਤਾਂ AD ਦਾ ਮੁੱਲ ਪਤਾ ਕਰਨਾ ਸੀ ਇਹਨੂੰ ਆਪਾਂ x ਮੰਨ ਲਾਂਗੇ ਠੀਕ ਹੈ ਤਾਂ თੈਲਸ ਥਿਊਰਮ ਦੇ ਅਕੋਰਡਿੰਗ ਇਹ ਹੋਣਾ ਸੀ ਤਾਂ AD DB AE EC ਹੁਣ ਜੋ ਜੋ ਆਪਾਂ ਨੂੰ ਪਤਾ ਸੀ ਉਹਨਾਂ ਦੀ ਵੈਲਿਊ ਪੁੱਟ ਕਰ ਦਾਂਗੇ ਆਪਾਂ x ਇਹ ਆਪਾਂ ad x ਸਪੋਜ਼ ਕਰ ਲਈ dv ਆਪਣੇ ਕੋਲ ਆ ਗਈ 7.2 ਤਾਂ ae ਹੈਗੇ ਆ 1.8 ਤੇ ec ਹੈ ਆਪਣੇ ਕੋਲ 5.4 ਇਹ ਆਪਣੇ ਕੋਲ ਦੈਨ ਹੁਣ ਇਹਨੂੰ ਆਪਾਂ ਸੋਲਵ ਕਰਾਂਗੇ ਇਹਨੂੰ ਕ੍ਰੋਸ ਮਲਟੀਪਲਾਈ ਜਦੋਂ ਨੂੰ ਕ੍ਰੋਸ ਮਲਟੀਪਲਾਈ ਕਰਾਂਗੇ ਆਪਾਂ ਆਪਣੇ ਕੋਲ 5.4x ਦੇ ਵਿੱਚ ਆ ਜਾਊਗਾ ਆਪਣੇ ਕੋਲ 7.2 ਮਲਟੀਪਲਾਈ ਗੁਣਾ 1.8 ਤਾਂ ਇਹਦੇ ਵਿੱਚ ਆਪਾਂ x ਨੂੰ ਇੱਧਰ ਲਿਖ ਲਾਂਗੇ x ਨੂੰ ਇੱਧਰ ਲਿਖਣ ਤੋਂ ਬਾਅਦ ਇਹਨੂੰ ਇੱਥੇ ਡਾਇਰੈਕਟ ਵੀ ਤੁਸੀਂ ਮਲਟੀਪਲਾਈ ਕਰ ਸਕਦੇ ਹੋ ਠੀਕ ਹੈ ਤਾਂ ਇਹਨੂੰ ਆਪਾਂ ਪੁਆਇੰਟ ਜਿਹੜੇ ਕਿ 7.2 1.8 5.4 ਹੁਣ ਪੁਆਇੰਟ ਹਟਾਵਾਂਗੇ ਆਪਾਂ ਪੁਆਇੰਟ ਹਟਾ ਕੇ ਜਿਹੜੇ ਕੀ ਕਟਿੰਗ ਈਜ਼ੀ ਹੋ ਜੂਗੀ ਤਾਂ ਇਹਨੂੰ ਆਪਾਂ ਕਿਵੇਂ ਕਰਾਂਗੇ ਹਾਂਜੀ ਇਹਦੇ ਵਿੱਚ ਆਪਾਂ ਨੇ ਜਿਹੜੇ ਕੀ ਪੁਆਇੰਟ ਹਟਾਤਾ 7.2 ਆ ਤਾਂ ਪੁਆਇੰਟ ਤੋਂ ਬਾਅਦ ਜਿਹੜੇ ਕੀ 1 ਡਿਜੀਟ ਆ ਤਾਂ ਉਹਦਾ 10 ਜ਼ੀਰੋ ਆ ਗਈ ਤਾਂ ਪੁਆਇੰਟ ਤੇ ਆਪਣਾ ਕੋਲ 1 ਆ ਗਿਆ ਤਾਂ ਜਦੋਂ ਪੁਆਇੰਟ ਪੁਆਇੰਟ ਤੋਂ ਬਾਅਦ 1 ਡਿਜੀਟ ਹੋਵੇ ਤਾਂ ਉਹਦਾ 10 ਲੱਗ ਜਾਂਦਾ ਹੁੰਦਾ ਨੀਚੇ ਤਾਂ ਇੱਧਰ ਵੀ 1.8 ਸੀ ਤਾਂ 10 ਆ ਗਿਆ ਠੀਕ ਹੈ ਜਿਹੜਾ 5.4 ਸੀ ਇਹਨੂੰ ਆਪਣਾ 54 ਲਿਖ ਲਿਆ ਤੇ ਇਹਦਾ ਪੁਆਇੰਟ ਹਟਾ ਕੇ 10 ਆ ਗਏ ਤਾਂ 10 ਨੇ ਤਾਂ ਨੂੰ ਕੈਨਸਲ ਕਰਤਾ ਠੀਕ ਹੈ ਇਹ ਵਾਲੇ ਹੋ ਗਏ ਕੈਨਸਲ ਆਪਣੇ ਤਾਂ ਪਿੱਛੇ ਜੋ ਜੋ ਰਹਿ ਗੋ ਉਹਨਾਂ ਪੁ ਲਿਖ ਲਾਂਗੇ 72 18 54 10 ਤਾਂ 18 ਜਿਹੜੇ ਕਿ 54 ਨੂੰ ਕੱਟ ਦੂਗਾ 18 3 54 ਤਾਂ ਆਪਣੇ ਕੋਲ ਆ ਗਿਆ 72 3 ਤਾਂ 72 3 ਆ ਗਏ ਏ ਵੀ ਜਿਹੜੇ ਕੀ 2 ਦੇ ਟੇਬਲ ਤੇ ਇਹਨੂੰ ਆਪਾਂ 3 ਦੇ ਟੇਬਲ ਤੇ ਵੀ ਕੱਟ ਸਕਦੇ ਆ ਤੇ ਜੇ ਜਰ ਆਪਾਂ 3 ਦੇ ਟੇਬਲ ਤੇ ਕਟਾਂਗੇ ਤਾਂ ਆਪਣਾ इजी ਹੋ ਜਾਊਗਾ 2 ਤੇ ਵੀ ਕੱਟ ਸਕਦਾ ਬਟ ਆਪਾਂ ਨੂੰ 3 ਤੇ ਕੱਟ ਦਾਂਗੇ ਤਾਂ ਇੱਥੇ ਆ ਜਾਊਗਾ ਆਪਣਾ 10 ਦੈਨ ਉੱਪਰ ਆ ਜਾਊਗਾ ਆਪਣਾ 24 ਤਾਂ 24 ਤੇ 10 ਇਹ ਫਿਰ ਤੋਂ ਜਿਹੜੇ ਕੀ 2 ਦੇ ਟੇਬਲ ਤੇ ਕੱਟ ਰਹੇ ਨੇ ਤਾਂ ਇੱਥੇ ਆ ਜਾਊਗਾ ਆਪਣਾ 12 ਤਾਂ ਇੱਥੇ ਆ ਜਾਊਗਾ ਆਪਣਾ 5 ਹੁਣ ਆਪਣੇ ਕੋਲ ਬਚੇ ਨੇ ਜਿਹੜੇ ਕੀ 12 ਵਟਾ 5 12/5 ਤਾਂ ਆਪਾਂ 12/5 ਨੂੰ ਜਿਹੜੇ ਕਿ 12 ਵਿੱਚ ਰੱਖ ਕੇ 5 ਨਾਲ ਉਹਨੂੰ ਭਾਗ ਕਰ ਦਾਂਗੇ ਤਾਂ ਭਾਗ ਕਰਨ ਤੋਂ ਬਾਅਦ ਆਪਣੇ ਕੋਲ x ਦੀ ਵੈਲਿਊ ਜਿਹੜੀ ਕਿ ਕਿੰਨੀ ਆਜੂਗੀ 2.4 ਇਹ ਸੀ ਸੈਕਿੰਡ ਸੌਮ ਦਾ ਆਨਸਰ x 2.4 ਹਾਂਜੀ ਨੈਕਸਟ 3rd ਸੌਮ ਸੀ 3rd ਦੇ ਵਿੱਚ ਕੀ ਸੀ ਵੀ ਇੱਕ ਕਨਾ ਘਾ ਲੱਕੜ ਦੇ ਬਲਾਕ ਨੂੰ ਅੰਦਰ ਵੱਲ ਕੱਟ ਕੇ ਇੱਕ ਅਰਧ ਗੋਲਾਕਾਰ ਖੱਡਾ ਇਸ ਤਰ੍ਹਾਂ ਬਣਾਇਆ ਗਿਆ ਕਿ ਅਰਧ ਗੋਲੇ ਦਾ ਵਿਆਸ ਜਿਹੜਾ ਕਿ ਘਣ ਦੇ ਕਿਨਾਰੇ L ਦੇ ਬਰਾਬਰ ਹੈ। ਘਣ ਦੇ ਕਿਨਾਰੇ L ਦੇ ਬਰਾਬਰ ਹੈ ਤੇ ਬਾਕੀ ਬਚੇ ਠੋਸ ਦੀ ਸਤਹ ਦਾ ਖੇਤਰਫਲ ਪਤਾ ਕਰਨਾ ਜਿਹੜਾ ਬਾਕੀ ਬਚ ਗਿਆ ਉਸ ਦੀ ਠੋਸ ਤੇ ਸਤਹ ਦਾ ਖੇਤਰਫਲ ਪਤਾ ਕਰਨਾ ਤਾਂ ਇਹਦਾ ਆਨਸਰ ਤਾਂ ਇਹਨੂੰ ਲਿਖਣਾ ਸੀ ਪਹਿਲਾਂ ਘਣ ਦਾ ਕਿਨਾਰਾ ਘਣ ਦਾ ਜਿਹੜਾ ਕਿ ਕਿਨਾਰਾ ਹੋ ਗਿਆ L ਫਿਰ ਉਸ ਤੋਂ ਬਾਅਦ ਅਰਧ ਗੋਲੇ ਦਾ ਜਿਹੜੇ ਕਿ ਵਿਆਸ ਅਰਧ ਗੋਲੇ ਦਾ ਵਿਆਸ ਉਹ ਕਿੰਨਾ ਕਹਿ ਰਹੇ ਨੇ ਵੀ ਕਿਨਾਰੇ ਦੇ ਬਰਾਬਰ ਤਾਂ ਕਿਨਾਰਾ ਆਪਣਾ L ਆ ਤਾਂ ਉਹਨੂੰ ਆਪਾਂ ਮੰਨ ਲਾਂਗੇ L ਤਾਂ ਅਰਧ ਗੋਲੇ ਦਾ ਅਰਧ ਵਿਆਸ ਕਿੰਨਾ ਹੋ ਜਾਊਗਾ L/2 ਹੋ ਜਾਊਗਾ ਕਿੰਨਾ ਹੋ ਜਾਊਗਾ L/2 ਹੋ ਜਾਊਗਾ ਤਾਂ ਇਹਨਾਂ ਤਿੰਨਾਂ ਦੇ ਆਪਣੇ ਫਾਰਮੂਲੇ ਆ ਗਏ ਠੀਕ ਹੈ ਅਰਧ ਗੋਲੇ ਦਾ ਅਰਧ ਵਿਆਸ 2πr ਦੀ 2 ਠੀਕ ਹੈ ਅਰਧ ਗੋਲੇ ਦੇ ਆਧਾਰ ਦਾ ਖੇਤਰਫਲ ਤਾਂ 2πr ਦੀ 2 ਹੋ ਗਿਆ ਆਪਣਾ ਉਸ ਤੋਂ ਬਾਅਦ ਜਿਹੜਾ ਕਿ ਕਿਨਾਰੇ ਦਾ ਘਣ ਦੇ ਸੰਪੂਰਨ ਸਤਹ ਦਾ ਖੇਤਰਫਲ 6 ਕਿਨਾਰਾ ਠੀਕ ਹੈ ਕਿਨਾਰਾ ਮਤਲਬ ਕਿ l ਦੀ 2 ਹੋ ਗਿਆ 6l ਦੀ 2 ਹੋ ਗਿਆ ਤੇ ਮਾਈਨਸ ਦਾ ਜਿਹੜਾ ਕਿ ਆਪਣਾ ਹੋ ਗਿਆ ਅਰਧ ਗੋਲ ਦਾ ਵਿਆਸ πr ਦੀ 2 ਤਾਂ ਇਹ ਆਪਾਂ ਨੇ ਲਿਖਿਆ ਗਿਆ ਦੈਨ ਉਸ ਤੋਂ ਬਾਅਦ ਜਿਹੜਾ ਕਿ ਇਹ ਪਲੱਸ ਵਾਲਾ ਤੇ ਮਾਈਨਸ ਵਾਲਾ ਤਾਂ ਇਹਨਾਂ ਦੇ ਵਿੱਚੋਂ ਪਲੱਸ ਮਾਈਨਸ ਮਾਈਨਸ ਤਾਂ πr ਦੀ 2 6l ਪਾਵਰ 2 ਹੋ ਗਿਆ ਫਿਰ ਆਪਾਂ ਨੇ ਕੀ ਕਰਨਾ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਸੀ ਇਹਦੇ ਵਿੱਚੋਂ ਪਾਈ ਠੀਕ ਹੈ ਆਰ ਨੂੰ ਆਪਾਂ ਕੀ ਲਿਖ ਸਕਦੇ ਹਾਂ ਐਲ ਵਰਟਾ 2 ਐਲ ਵਰਟਾ 2 ਇਹਦੀ ਪਾਵਰ 6 ਐਲ ਦੀ 2 ਵੀ ਰਹਿ ਗਿਆ ਦੈਨ ਉਸ ਤੋਂ ਬਾਅਦ ਇਸ ਦੇ نیچے ਵਨ ਲਗਾ ਕੇ ਇਹਦੇ નીચે ਵਨ ਲਗਾ ਕੇ ਜਿਹੜੇ ਕਿ ਆਪਾਂ ਇਹਨਾਂ ਦਾ ਐਲਸੀਐਮ ਲੈਣਾ ਐਲਸੀਐਮ ਲੈਣ ਤੋਂ ਬਾਅਦ ਜਿਹੜੇ ਕਿ 4 ਆਪਣਾ نیچے ਆ ਗਿਆ ਠੀਕ ਹੈ ਐਲਸੀਐਮ ਲਈ ਆਪਾਂ ਨੇ ਜਿਵੇਂ ਇਹਨਾਂ ਦੋਨਾਂ ਦਾ ਐਲਸੀਐਮ ਲਵਾਂਗੇ 4 ਤਾਂ 4 ਨੂੰ ਇਸ 4 ਦੇ ਨਾਲ ਆਪਾਂ ਨੇ ਕੀ ਕਰਾਂਗੇ ਡਿਵਾਈਡ ਕਰਾਂਗੇ ਭਾਗ ਕਰਾਂਗੇ ਤਾਂ 1 ਆਊਗਾ ਉਸ 1 ਨੂੰ ਆਪਾਂ ਇਹਦੇ ਨਾਲ ਜਿਹੜੇ ਕਿ ਗੁਣਾ ਕਰਾਂਗੇ ਤਾਂ ਆਪਾਂ ਆਜੂਗਾ π ਐਲ ਦੀ 2 ਫਿਰ ਪਲੱਸ ਫਿਰ ਆਪਾਂ 4 ਨੂੰ 1 ਨਾਲ ਭਾਗ ਕਰਾਂਗੇ 4 ਫਿਰ 4 ਆਇਆ ਤਾਂ 4 ਨੂੰ ਆਪਾਂ 6 ਨਾਲ ਜਿਹੜੇ ਕਿ ਗੁਣਾ ਕਰਾਂਗੇ ਆਜੂਗਾ 24 ਤਾਂ ਐਲ ਦੀ 2 ਪਾਵਰ ਹੋમી ਤਾਂ ਇਹਨੂੰ ਆਪਾਂ ਅੱਗੇ ਲਿਖ ਸਕਦੇ ਆ ਇਹਨਾਂ ਦੇ ਵਿੱਚੋਂ ਐਲ 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 ਦੀ 2 ਨੂੰ ਆਪਾਂ ਕਾਮਨ ਲੈ ਲਾ ਠੀਕ ਹੈ ਤਾਂ ਵਿੱਚ ਕੀ ਗਿਆ ਆਪਣਾ ਪਾਈ ਬ੍ਰੈਕਟ ਦੇ ਵਿੱਚ ਪਲੱਸ 24 4 ਇਹ ਤੁਹਾਡਾ ਆਨਸਰ ਸੀ 3rd ਸਮ ਦਾ ਹਾਂਜੀ ਨੈਕਸਟ ਸਮ ਸੀ ਨੰਬਰ 4th ਤੇ ਦੋ ਘਾਤੀ ਸਮੀਕਰਨ 2x ਦੀ 2 kx +3 3 ਵਿੱਚ k ਦਾ ਮੂਲ ਪਤਾ ਕਰੋ ਤੇ ਉਸਦੇ 2 ਬਰਾਬਰ ਮੂਲ ਹੋਣ ਠੀਕ ਹੈ ਤਾਂ ਇਹਦੇ ਵਿੱਚ ਡਿਸਕ੍ਰਿਮੀਨੇਟ ਦਾ ਫਾਰਮੂਲਾ ਲਗਾਉਣਾ ਸੀ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ a a ਕੀ ਆਜੂਗੀ 2 ਠੀਕ ਹੈ b ਕੀ ਆਊਗੀ k ਤੇ c ਕੀ ਆਣੀਆ 3 ਤਾਂ ਇਹਦੇ ਵਿੱਚ ਡਿਸਕ੍ਰਿਮੀਨੇਟ ਦਾ ਫਾਰਮੂਲਾ b2 4ac ਇਹਦੇ ਵਿੱਚ ਪੁੱਟ ਕਰ ਦਾਂਗੇ ਤਾ b ਮੈਂ ਤੁਹਾਨੂੰ ਦੱਸਿਆ ਕਿ k ਦੀ ਪਾਵਰ 2 4 a ਕਿੰਨਾ ਸੀ 2 ਆਪਣਾ ਤੇ c ਕਿੰਨਾ 3 ਤਾਂ k 2 ਹੋਮੀ 4 2 8 8 3 24 ਤਾਂ b ਦੀ ਦੋਤਵਾਲ ਤਾਂ ਆਪਣਾ ਹੈ k2 24 ਠੀਕ ਹੈ ਬਰਾਬਰ ਮੂਲਾਂ ਦੇ ਲਈ ਡਿਸਕ੍ਰਿਮੀਨੇਟ ਆਪਾਂ ਅੱਗੇ ਫੇਰ ਇਹਨੂੰ k ਦੀ 2 4 ਤਾਂ ਇਹਨਾਂ ਲਈ ਉਸਦੇ ਬਰਾਬਰ ਮੂਲ ਹੋਣ ਤਾਂ ਇਸ ਦੇ ਬਰਾਬਰ ਮੂਲ ਨੇ ਤਾਂ ਇਹਨੂੰ ਅੱਗੇ ਆਪਾਂ ਲਿਖਾਂਗੇ k2 24 0 ਦੇ 0 ਦੇ ਕਰਨ ਤੋਂ ਬਾਅਦ k2 24 ਇਹ ਮਾਈਨਸ ਦਾ ਜਦੋਂ ਬਨ ਬਰਾਬਰ ਚ ਲਿਆ ਗਿਆ ਤਾਂ ਪਲੱਸ ਦਾ ਹੋ ਜਾਊਗਾ ਪਲੱਸ ਦੇ ਹੋਣ ਤੋਂ ਬਾਅਦ ਇਹਨੂੰ ਲਿਖਣਾ ਸੀ ਅੱਗੇ k2 ਤਾਂ ਇਹਦੀ ਪਾਵਰ ਹਟ ਜੂਗੀ ਇਹਦੀ ਪਾਵਰ ਹਟਾਉਣ ਦੇ ਲਈ ਆਪਾਂ ਜਿਹੜੇ ਕਿ 24 ਤੇ ਲਗਾਵਾਂਗੇ 24 ਨੂੰ ਆਪਾਂ ਸਕੁਅਰ ਕਰ ਦਾਂਗੇ ਪਲੱਸ ਮਾਈਨਸ ਇੱਥੇ ਲਿਖ ਦਿੰਦੇ K2 ਆਪਣਾ 24 ਆਇਆ ਸੀ k2 ਬਰਾਬਰ 24 ਤਾਂ ਆਪਾਂ ਇਸ ਪਾਵਰ ਨੂੰ ਹਟਾਉਣ ਦੇ ਲਈ ਕੇ ਪਲੱਸ ਮਾਈਨਸ 24 ਠੀਕ ਹੈ ਵਰਗਮੂਲ ਦੇ ਵਿੱਚ ਚਲਾ ਗਿਆ ਤਾਂ ਇਸ ਨੂੰ ਆਪਾਂ ਸੋਲਵ ਕਰਕੇ ਅਨਸਰ ਬਣਾ ਸੀ ਪਲੱਸ ਮਾਈਨਸ 2 ਵਰਗਮੂਲ 6 ਇਹ ਸੋਡਾ ਰਾਈਟ ਅਨਸਰ ਸੀ ਤਾਂ ਕੇ ਦੀ ਵੈਲਿਊ ਪਲੱਸ ਮਾਈਨਸ 2 ਵਰਗਮੂਲ 6 ਹਾਂਜੀ ਆਈ ਹੋਪ ਤੁਹਾਡੇ ਜਿਹੜੇ ਕੀ ਜੋ ਤੁਸੀਂ ਕਰਕੇ ਆਂ ਇਗਜ਼ਾਮ ਦੇ ਵਿੱਚੋਂ ਸਹੀ ਹੋ ਰਹੇ ਹੋਣਗੇ ਠੀਕ ਹੈ ਤਾਂ ਤੁਸੀਂ ਆਪਣੇ ਆਨਸਰ ਜਿਹੜੇ ਕਿ ਮੈਚ ਕਰ ਸਕਦੇ ਹੋ ਹਾਂਜੀ ਨੈਕਸਟ ਦੇਖਦੇ ਹਾਂ ਭਾਗ ਐ ਦੇ ਵਿੱਚ 4 ਮਾਰਕਸ ਵਾਲੇ ਨੇ ਇਹਦੇ ਵਿੱਚ ਦੋ ਸੰਖਿਆਵਾਂ ਦੇ ਵਰਗ ਦਾ ਅੰਤਰ 180 ਹੈ 180 ਤੋਂ ਛੋਟੀ ਸੰਖਿਆ ਦਾ ਵਰਗ ਵੱਡੀ ਸੰਖਿਆ ਦਾ 8 ਗੁਣਾ ਤਾਂ ਦੋਵੇਂ ਸੰਖਿਆਵਾਂ ਦਾ ਪਤਾ ਕਰੋ ਤਾਂ ਇਹਦੇ ਵਿੱਚ ਜਿਹੜੀ ਕਿ ਵੱਡੀ ਸੰਖਿਆ ਆਪਾਂ ਨੇ ਸਪੋਜ਼ ਕਰਨੀ ਸੀ ਠੀਕ ਹੈ ਲੱਟ ਕਰਨੀ ਸੀ ਮੰਨ ਲਓ ਵੱਡੀ ਸੰਖਿਆ x ਆਪਣੀ ਤਾਂ ਛੋਟੀ ਸੰਖਿਆ ਆਪਣੀ 2y ਤਾਂ ਅਕੋਰਡਿੰਗ ਟੂ ਕੁਐਸਚਨ ਜਿਹਦੇ ਵਿੱਚ ਉਹ ਕਹਿ ਰਹੇ ਸੀ by 2 minus x2 minus y2 is equal to 180 ਹਾਂਜੀ ਇਹ ਜਿਹੜੀ ਕਿ ਆਪਾਂ ਨੇ ਕਿਵੇਂ ਲਿਖਿਆ ਕਿਉਂਕਿ ਉਹਨਾਂ ਨੇ ਬੋਲਿਆ ਕਿ ਦੋ ਸੰਖਿਆਵਾਂ ਦੇ ਵਰਗ ਦਾ ਅੰਤਰ ਦੋ ਸੰਖਿਆਵਾਂ ਦੇ ਵਰਗ ਦਾ ਅੰਤਰ ਠੀਕ ਆ ਦੋ ਸੰਖਿਆਵਾਂ ਆਪਣੀ ਕੋਲ ਹੋ ਗਈਆਂ x ਤੇ y ਤਾਂ ਇਹਨਾਂ ਦਾ ਵਰਗ x2 -y2 ਕਿਉਂਕਿ ਅੰਤਰ ਬੋਲਿਆ ਦੋ ਸੰਖਿਆਵਾਂ ਦੇ ਵਰਗ ਦਾ ਅੰਤਰ ਕਿੰਨਾ 180 ਆਈ ਥਿੰਕ ਹੁਣ ਤੁਹਾਨੂੰ ਸਮਝ ਲੱਗਿਆ ਹੋਣਾ ਆਪਾਂ ਨੇ ਇੱਕ x ਮੰਨੀ ਵੱਡੀ ਸੰਖਿਆ ਛੋਟੀ ਆਪਾਂ ਨੇ y ਮੰਨੀ ਨੈਕਸਟ ਕੁਐਸਚਨ ਦੇ ਵਿੱਚ ਕੀ ਕਿਹਾ ਹੋਇਆ ਦੋ ਸੰਖਿਆਵਾਂ ਦੇ ਵਰਗ ਦਾ ਅੰਤਰ ਤਾਂ ਦੋ ਸੰਖਿਆਵਾਂ ਆ x ਦੀ 2 y ਦੀ 2 ਅੰਤਰ ਕਿੰਨਾ ਦੱਸਿਆ ਹੋਣਾ 180 ਇਹ ਹੋ ਗਿਆ ਫਿਰ ਅਗਲਾ ਕੀ ਕਿਹਾ ਹੋਇਆ ਛੋਟੀ ਸੰਖਿਆ ਦਾ ਵਰਗ ਵੱਡੀ ਸੰਖਿਆ ਨਾਲ 8 ਗੁਣਾ ਤਾਂ ਜਿਹੜੀ ਛੋਟੀ ਸੰਖਿਆ ਆਪਾਂ ਨੇ y ਮੰਨੀ ਆ ਇਹਦਾ ਵਰਗ ਇਹ ਆ ਵਰਗ ਹੋ ਗਿਆ ਛੋਟੀ ਸੰਖਿਆ ਦਾ ਵਰਗ ਵੱਡੀ ਸੰਖਿਆ ਨਾਲ ਅੱਠ ਗੁਣਾ ਤਾਂ ਵੱਡੀ ਸੰਖਿਆ ਆਪਣੀ ਕੀ ਆ x ਤੇ ਇਹਦਾ ਹੋ ਕਿੰਨਾ 8 ਗੁਣਾ x ਨੂੰ ਆਪਾਂ 8 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆ ਜਾਊਗਾ 8x ਠੀਕ ਆ ਸਮਝ ਲੱਗ ਗਿਆ ਹੁਣ ਇਹ y2 ਆਪਾਂ ਨੇ ਕਿਵੇਂ ਲਿਖਿਆ ਉਹਨਾਂ ਨੇ ਕੀ ਕੀ ਲਿਖਿਆ ਵੀ ਛੋਟੀ ਸੰਖਿਆ ਦਾ ਵਰਗ ਛੋਟੀ ਸੰਖਿਆ ਕਿੰਨੀ ਆਪਣੀ y ਆ ਤਾਂ ਇਹਦਾ ਵਰਗ y2 ਹੋ ਗਿਆ ਠੀਕ ਹੈ ਇਹਦੀ ਪਾਵਰ ਦੇ ਦਾਂਗੇ ਪਾਵਰ ਵਰਗ ਥੈਨ ਉਹ ਅੱਗੇ ਕੀ ਕਹਿ ਰਿਹਾ ਵੀ ਵੱਡੀ ਸੰਖਿਆ ਨਾਲ 8 ਗੁਣਾ ਤਾਂ ਵੱਡੀ ਸੰਖਿਆ ਆਪਣੇ ਕੋਲ x ਆ ਤਾਂ 8 ਗੁਣਾ ਹੋ ਗਿਆ 8x ਠੀਕ ਹੈ ਇਹ ਆਪਾਂ ਲਿਖ ਲਿਆ 8xy2x y2 8x ਠੀਕ ਹੈ ਇਹ ਨੰਬਰ 2 ਹੋ ਗਿਆ then ਉਸ ਤੋਂ ਬਾਅਦ ਇਹਨੂੰ ਆਪਾਂ ਲਿਖ ਸਕਦੇ ਆ xd2 ਠੀਕ ਹੈ xd2 ਤੋਂ ਬਾਅਦ ਜਿਹੜੀ ਕਿ ਆਪਾਂ y2 ਹੈ y2 ਨੂੰ ਆਪਾਂ ਕੀ ਲਿਖ ਸਕਦਾ ਹੈ 8x ਲਿਖ ਸਕਦੇ ਕਿਉਂਕਿ ਉਹ y2 ਨੂੰ ਕਿਹਦੇ ਬਰਾਬਰ ਕਰਿਆ 8x ਦੇ ਬਰਾਬਰ ਕਰਿਆ ਤਾਂ ਇੱਥੇ ਆਪਾਂ 8x ਲਿਖ ਲਿਆ -8x ਕਿਉਂਕਿ ਪਲੱਸ ਦਾ ਇੱਥੇ ਆ ਕੇ ਮਾਈਨਸ ਦਾ ਹੋ ਜਾਊਗਾ ਤਾਂ ਬਰਾਬਰ 180 ਤਾਂ ਇਹਦੇ ਵਿੱਚ ਦੋ ਘਾਤ ਸਮੀਕਰਨ ਬਣ ਗਿਆ ਹੈ 8x ਦੀ 2 8x ਤਾਂ ਇਹ ਬਰਾਬਰ ਤੋਂ ਬਾਅਦ ਪਲੱਸ ਦਾ ਤੇ ਇਧਰ ਆ ਕੇ ਇਹ ਮਾਈਨਸ ਦਾ ਹੋ ਗਿਆ ਠੀਕ ਹੈ ਬਰਾਬਰ 0 ਦਾ ਕਰਕੇ ਆਪਾਂ ਨੇ ਦੋ ਘਾਤੀ ਸਮੀਕਰਨ ਬਣ ਗਿਆ ਤਾਂ ਦੋ ਘਾਤ ਸਮੀਕਰਨ ਦਾ ਜਿਹੜੇ ਕਿ ਸੂਤਰ ਦੋ ਘਾਤੀ ਸੂਤਰ ਲਗਾ ਕੇ ਆਪਾਂ ਇਹਨੂੰ ਹੱਲ ਕਰਾਂਗੇ ਤਾਂ ਇਹਦੇ ਵਿੱਚ a ਆ ਜਿਹੜਾ ਕਿ ਆਪਣਾ 1 ਬਣ ਗਿਆ x ਤਾਂ ਆਪਾਂ ਹੀ ਕਲਿੱਕ ਕਰਾ ਦਿਆ ਤਾਂ b ਆਪਣਾ -8 ਬਣ ਗਿਆ ਤੇ c ਆਪਣਾ -180 ਬਣ ਗਿਆ ਦੋ ਘਾਤੀ ਸੂਤਰ -b ਵਰਗਮੂਲ b² 4ac 2a ਤਾਂ ਇਹਦੇ ਵਿੱਚ ਆਪਾਂ ਪੁੱਟ ਕਰ ਦੇਣਾ ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਬਣ ਗਿਆ -8x -8² 4 ਤਾਂ ਇੱਕ ਆਪਣੇ ਕੋਲ a ਕਿੰਨਾ ਸੀ 1 ਠੀਕ ਹੈ तो सी अपने को वन एटी तो इन आप ब्रैकेट लिख लिया दो लिखा ए अपना कि वन तो हूँ इन्हों सल्व करा माइनस माइनस हो गए प्लस दठ मतलब कि वर्ग अठ गुणा माइनस अठ तो अठ अठ हो गया चौहट माइनस माइनस की हो होजूगा प्लस ठीक है इन प्लस का लिख लिया चौहट फिर चार एक गुणा करके च माइनस चार ਤਾਂ -4 ਨੂੰ 180 ਨਾਲ ਗੁਣਾ ਕਰਨਾ -4 ਨੂੰ pues -180 ਨਾਲ ਗੁਣਾ ਕਰਨਾ -4 ਨੂੰ ਗੁਣਾ -180 ਤਾਂ ਬਣ ਗਿਆ ਪਲੱਸ ਆ ਹੋ ਗਿਆ ਮਾਈਨਸ ਮਾਈਨਸ ਸੇ ਪਲੱਸ ਹੋ ਗਿਆ +720 ਹੋ ਗਿਆ 72 /2 ਦੈਨ ਉਸ ਤੋਂ ਬਾਅਦ 8 ਤਾਂ 720 ਦੇ ਵਿੱਚ 64 ਪਲੱਸ ਕਰ ਦਾਂਗੇ ਤਾਂ ਬਣ ਗਿਆ 784 /2 ਤਾਂ 8 ਤਾਂ ਇਹਦਾ ਵਰਗ ਆਪਾਂ ਹਟਾ ਦਾਂਗੇ ਤਾਂ ਆਪਣੇ ਕੋਲ ਆ ਜਾਊਗਾ 28 ਠੀਕ ਆ 28 ਆ ਜਾਊਗਾ /2 ਤਾਂ x ਆਪਣੇ ਕੋਲ ਆ ਗਿਆ 8 28 /2 ਤਾਂ 28 ਨੂੰ ਇਹਦੇ ਵਿੱਚ 8 ਆ ਜਿਹੜੇ ਕਿ ਪਲੱਸ ਹੋ ਕੇ ਕਿੰਨਾ ਆ ਜਾਊਗਾ 36 /2 36 /2 ਜਿਹੜੇ ਕਿ ਕੱਟ ਕੇ ਕਿੰਨਾ ਆ ਜਾਊਗਾ 18 18 ਦੁਨਾ 36 ਮਤਲਬ ਕਿ 2 ਦੇ ਟੇਬਲ ਤੇ ਕੱਟਦਾ ਇਹ ਦੈਨ ਇੱਧਰ ਆਪਾਂ ਮਾਈਨਸ 'ਚ ਲਿਖਿਆ ਕਿਉਂਕਿ ਇਹ ਪਲੱਸ ਆ ਤੇ ਮਾਈਨਸ ਦਾ ਇੱਕ ਵਾਰ ਪਲੱਸ ਪਾ ਕੇ ਲਿਖਣਾ ਇੱਕ ਵਾਰ ਮਾਈਨਸ ਪਾ ਕੇ ਲਿਖਣਾ ਤਾਂ ਮਾਈਨਸ ਪਾ ਕੇ ਲਿਖਾਂਗੇ ਆਪਾਂ 8 28 2 ਜਦੋਂ 8 'ਚੋਂ ਛੋਟੀ 'ਚੋਂ ਵੱਡੀ ਰਕਮ ਘਟਾਵਾਂਗੇ ਤਾਂ ਮਾਈਨਸ ਕਿੰਨਾ ਆਜੂਗਾ ਆਪਣੇ ਕੋਲ 20 ਆਜੂਗਾ ਮਾਈਨਸ b 2 ਤਾਂ ਇਹਨੂੰ ਕੱਟ ਕੇ ਕਿੰਨਾ ਆਜੂਗਾ ਆਪਣੇ ਕੋਲ 2 ਦੇ ਪਹਾੜੇ 'ਚ ਜਿਹੜੇ ਕਿ ਆਪਾਂ ਟੇਬਲ ਤੇ 20 ਕੱਟ ਦਾਂਗੇ ਤਾਂ -10 ਤਾਂ ਇਹ ਆ ਗਿਆ -10 ਤਾਂ -10 ਦੀ ਕੋਈ ਵੈਲਿਊ ਨਹੀਂ ਆਪਾਂ ਫਿਰ ਇੱਧਰ ਕਰਾਂਗੇ x ਬਰਾਬਰ ਆ ਗਿਆ ਆਪਣਾ 18 ਤਾਂ x ਆਪਣੇ ਕੋਲ 18 ਆ ਗਿਆ ਤਾਂ ਹੁਣ ਆਪਾਂ y ਦੀ ਵੈਲਿਊ ਕੱਢਾਂਗੇ y ਆਪਾਂ ਉੱਪਰ ਕਿਵੇਂ ਲਿਖਿਆ ਸੀ ਸਮੀਕਰਨ ਨੰਬਰ 2 ਬਣਾਈ ਸੀ ਜਿਹੜੀ ਆਪਾਂ ਨੇ y ਨੂੰ ਆਪਾਂ ਨੇ ਲਿਖਿਆ ਸੀ y2 8x ਤਾਂ ਇਹਨੂੰ ਆਪਾਂ ਕਿਵੇਂ ਕਰ ਲਾਂਗੇ ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ ਠੀਕ ਹੈ y2 8 x ਦੀ ਵੈਲਿਊ ਆਪਣੇ ਕੋਲ ਕਿੰਨੀ ਆਈ ਆ 18 ਤਾਂ y2 ਨੂੰ 18 ਨੂੰ 8 ਨਾਲ ਮਲਟੀਪਲਾਈ ਕਰਨ ਤੋਂ ਬਾਅਦ ਆਪਣੇ ਕੋਲ 144 ਆ ਗਿਆ ਤਾਂ ਆਪਾਂ ਇਹਦਾ ਜਿਹੜਾ ਕੀ ਆ ਵਰਗ ਪਾਵਰ ਹਟਾਵਾਂਗੇ ਤਾਂ ਪਾਵਰ ਹਟਾਉਣ ਤੋਂ ਬਾਅਦ ਆਪਣੇ ਕੋਲ ਇਹ ਜਿਹੜਾ ਕੀ ਵਰਗ ਚ چلا ਜਾਊਗਾ ਤਾਂ 144 ਕਿੰਨੇ ਦਾ ਵਰਗ ਹੁੰਦਾ 12 ਦਾ ਤੇ ਇਹਨੂੰ ਆਪਾਂ ਲਿਖਾਂਗੇ ਪਲੱਸ ਮਾਈਨਸ 12 ਇੱਕ ਵਾਰ ਪਲੱਸ ਪਾਸੇ ਲਿਖਣਾ ਇੱਕ ਵਾਰ ਜਿਹੜਾ ਕੀ ਮਾਈਨਸ ਪਾਸੇ ਲਿਖਣਾ ਤਾਂ x ਆਪਣੇ ਕੋਲ ਆ ਗਿਆ ਸੀ 18 ਤੇ y ਆਪਣੇ ਕੋਲ ਕਿੰਨਾ ਆ ਗਿਆ ਇੱਕ ਵਾਰ ਪਲੱਸ 12 ਇੱਕ ਵਾਰ ਪਲੱਸ ਮਾਈਨਸ 12 ਤੇ ਇਹਦਾ ਰਾਈਟ ਆਨਸਰ ਸੀ ਹਾਂਜੀ ਅੱਗੇ ਸੀ ਪੰਜ ਸਮ ਅਰਧ ਵਿਆਸ ਦੇ ਇੱਕ ਚੱਕਰ ਤੇ ਜਿਹਨਾਂ ਦੋ स्पर्ਸ਼ਕ ਖਾਂ ਨੂੰ ਖਿੱਚੂ ਜੋ ਆਪਸ ਵਿੱਚ 60 ਡਿਗਰੀ ਦੇ ਕੋਣ ਤੇ ਹੋਣ ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ ਸੀ ਇਹਦੇ ਵਿੱਚ ਇੱਕ ਸਰਕਲ ਠੀਕ ਹੈ ਆਇਦਾ ਕੇਂਦਰ ਕੇਂਦਰ ਤੋਂ ਬਾਅਦ ਇਹਦਾ ਅਰਧ ਵਿਆਸ ਬਣਾਉਣਾ ਇੱਥੇ ਅਰਧ ਵਿਆਸ ਬਣਾਉਣਾ ਤਾਂ ਇੱਥੋਂ ਚਾਪ ਰੱਖ ਕੇ ਇੱਥੇ ਨਿਸ਼ਾਨ ਫਿਰ ਇੱਥੇ ਨਿਸ਼ਾਨ ਫਿਰ ਇਹਨਾਂ ਦੋਨਾਂ ਤੋਂ ਐਵੇਂ نشان ਲੱਗਣੇ ਸੀ ਫਿਰ ਇਹਨਾਂ ਦੇ ਵਿੱਚ ਦੀ ਜਿਹੜੇ ਕਿ ਲਾਈਨ ਲਗਾਉਣੀਆਂ ਸੀ ਜਿੱਥੇ ਉਹ ਵਾਪਸ ਆਪਸ ਜਾ ਕੇ ਮਿਲ ਜਾਣਗੀਆਂ ਤਾਂ ਉੱਥੇ ਕਿੰਨੇ ਦਾ ਕੋਣ ਬਣਨ ਨੂੰ ਜਾਣਾ ਸੀ 60 ਡਿਗਰੀ ਦਾ ਠੀਕ ਹੈ ਬਾਕੀ ਨਾਲ ਉਹਨੂੰ ਨਾਮਿੰਦ ਤੁਸੀਂ ਦੇਣੀ ਸੀ ਜਿਵੇਂ A ਤਾਂ ਇਹ O ਹੈ ਠੀਕ ਹੈ ਸੈਂਟਰ ਦੇ ਵਿੱਚ B ਤਾਂ ਉਹਨੂੰ ਸਾਹਮਣੇ ਵਾਲੇ ਨੂੰ ਤੁਸੀਂ ਪੀ ਦੇਣਾ ਸੀ ਆਨਸਰ ਇਹ ਬਣਨਾ ਸੀ 60 ਡਿਗਰੀ ਦਾ ਇਹ ਐਵੇਂ ਬਣਨਾ ਸੀ ਇਹ ਠੀਕ ਹੈ ਬਾਕੀ ਤੁਸੀਂ ਪ੍ਰਕਾਰ ਨਾਲ ਬਣਾਉਣਾ ਸੀ ਤੋਂ ਵਧੀਆ ਬਣਨਾ ਸੀ ਇਹ ਆਪਾਂ ਹੈਂਡ ਡਰਾ ਬਣਾਇਆ ਸੈਕਿੰਡ ਉਸ ਤੋਂ ਅਗੇ ਸੈਵਨਥ ਸੈਵਨਥ ਦੇ ਵਿੱਚ ਦੋ ਸਮ ਸੀ ਤਾਂ ਆਪਾਂ ਨੀਚੇ ਵਾਲੇ ਦਾ ਆਨਸਰ ਕਰਦੇ ਹਾਂ ਸਮੁੰਦਰ ਤਲ ਤੋਂ 75 ਮੀਟਰ ਉੱਚੇ ਲਾਈਟ ਹਾਊਸ ਦੇ ਸਿਖਰ ਤੋਂ ਦੇਖਣ ਨਾਲ ਦੋ ਸਮੁੰਦਰੀ ਜਹਾਜ਼ਾਂ ਦਾ ਨਿਵਾਨ ਜਿਹੜੇ ਕਿ ਕੋਣ 30° 45° ਜੇਕਰ ਲਾਈਟ ਹਾਊਸ ਦੇ ਇੱਕ ਪਾਸੇ ਤੋਂ ਇੱਕ ਜਹਾਜ਼ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋਵੇ ਤਾਂ ਦੋਵੇਂ ਜਹਾਜ਼ਾਂ ਦੀ ਦੂਰੀ ਪਤਾ ਕਰਨੀ ਆ ਤੇ ਇਹਦਾ ਆਨਸਰ ਹਾਂਜੀ ਸਭ ਤੋਂ ਪਹਿਲਾਂ ਐਵੇਂ ਤੁਸੀਂ ਬਣਾਉਣਾ ਸੀ ਇਹ ਜਿਹੜਾ ਕਿ ਆਪਣਾ ਲਾਈਟ ਹਾਊਸ ਹੋ ਗਿਆ ਜਿੱਦੀ ਉਹਨਾਂ ਨੇ ਕਿੰਨੇ ਦਿੱਸੀ ਹੋਈ ਆ ਲੰਬਾਈ ਇਨੂੰ ਉੱਪਰ A, ਨੀਚੇ B ਇਹ ਕਿੰਨਾ 75 ਮੀਟਰ ਠੀਕ ਹੈ ਤਾਂ ਇੱਥੋਂ ਜਿਹੜੇ ਕਿ ਦੇਖਣ ਨਾਲ ਇੱਕ 30 ਡਿਗਰੀ ਦਾ ਤੇ ਇੱਕ 45 ਡਿਗਰੀ ਦਾ ਕੋਣ ਬਣ ਰਿਹਾ ਠੀਕ ਹੈ ਤਾਂ A ਇਹਨਾਂ ਨੂੰ ਆਪਾਂ ਪੁਆਇੰਟ ਜਿਹੜੇ ਕਿ ਨੀਚੇ ਦੇਖਣ ਨਾਲੋਂ ਉੱਪਰੋਂ ਨੀਚੇ ਦੇਖਣ ਨਾਲ ਇੱਥੇ ਆਪਣਾ D ਤੇ ਇੱਥੇ ਆਪਣਾ C ਤੇ ਇਹਨਾਂ ਜਿਹੜੀ ਇੱਕ ਇਹ ਜਹਾਜ਼ ਹੋ ਗਏ, ਇਹ ਜਹਾਜ਼ ਹੋ ਗਏ ਇਹਨਾਂ ਦੋਨਾਂ ਦੇ ਵਿਚਕਾਰ ਦੀ ਦੂਰੀ ਆਪਾਂ ਦੱਸਣੀ ਹੈ ਵੀ ਕਿੰਨੀ ਆ ਤਾਂ ਇਹਨਾਂ ਦੋਨਾਂ ਦੇ ਵਿਚਕਾਰ ਦੀ ਦੂਰੀ ਨੂੰ ਆਪਾਂ x ਮੰਨਾਂਗੇ ਠੀਕ ਹੈ ਤਾਂ AB ਆਪਣੀ ਕਿੰਨੀ ਹੋ ਗਈ 75 ਮੀਟਰ ਲਾਈਟ ਹਾਊਸ ਹੋ ਗਿਆ ਸੀਡੀ ਆਪਣੇ ਦੋਨੇ ਸਮੁੰਦਰੀ ਜਹਾਜ਼ ਹੋ ਗਏ ਜਿਨ੍ਹਾਂ ਦੇ ਵਿਚਕਾਰ ਦੀ ਦੂਰੀ ਆਪਾਂ ਨੇ ਦੱਸਣੀ ਤਾਂ ਹੁਣ ਆਪਣੇ ਕੋਲ ਸਮਕੋਣ ਕੀ ਬਣ ਗਿਆ ਇੱਕ ਤਾਂ ਆਪਣੇ ਕੋਲ ਬਣ ਗਿਆ ਏ ਸੀਬੀ ਠੀਕ ਹੈ ਇਹਦੇ ਵਿੱਚ ਦੇਖਦੇ ਆ ਪਹਿਲਾਂ ਆਪਾਂ ਏ ਬੀ ਸੀਈ ਇਹ ਵਾਲਾ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਕਰਾਂਗੇ ਲੰਬ ਵਟਾ ਆਧਾਰ ਏ ਬੀ ਵਟਾ ਸੀਬੀ ਦਾ ਲੰਬਟਾ ਆਧਾਰ ਕਿਤੇ ਹੋ ਜੂਗਾ ਬਰਾਬਰ ਟੈਨ ਦੇ ਤਾਂ ਟੈਨ ਆਪਾਂ ਨੂੰ ਕਿੰਨਾ ਜਿਹੜੇ ਕਿ a ਕਿੰਨੇ ਦਾ ਬਣਾਇਆ ਹੋਣਾ ਨਾ 45 ਡਿਗਰੀ ਦਾ ਤਾਂ ਆਪਣੇ ਕੋਲ 45 ਡਿਗਰੀ ਦੀ ਵੈਲਿਊ ਹੋਊਗੀ 1 ਤਾਂ 45 ਟੈਨ ਦੀ ਵੈਲਿਊ ਕਿੰਨੀ ਹੋਗੀ 1 ਤਾਂ ab ਆਪਾਂ ਕਿੰਨੀ ਲਿਖਾਂਗੇ 75 ਤੇ ਆਪਾਂ ਨੂੰ bc ਜਾਂ cb ਆਪਾਂ ਨਹੀਂ ਪਤਾ ਇਹਨੂੰ ਸਿਮਿਲਰ ਲਿਖ ਲਾਂਗੇ ਤੇ ਉਸ ਤੋਂ ਬਾਅਦ ਕਰਾਸ ਮਲਟੀਪਲਾਈ ਤਾਂ bc ਨੂੰ ਜਦੋਂ 1 ਨਾਲ ਗੁਣਾ ਕਰਾਂਗੇ ਤਾਂ ਸਿਮਿਲਰ ਆ ਜਾਊਗਾ ਤੇ 75 ਨੂੰ ਵੀ ਇੱਥੇ ਨੀਚੇ ਕੁਝ ਨਹੀਂ ਆ ਅਪਾ 1 ਲਗਾ ਲਿਆ ਤੁਹਾਨੂੰ ਉਹਨੇ ਨਾਲ ਗੁਣਾ ਕਰਾਂਗੇ 1 ਨਾਲੇ ਤਾਂ 75 ਮੀਟਰ ਆ ਜੂਗਾ ਤਾਂ BC ਆਪਣੇ ਕੋਲ ਕਿੰਨੀ ਆ ਗਈ 75 ਮੀਟਰ ਆ ਗਈ ਇਹਨੂੰ ਨੰਬਰ 1 ਦਿੱਤਾ BC ਇਹ ਵਾਲੀ ਦਨ ਉਸ ਤੋਂ ਬਾਅਦ ਅਗਲਾ ਆਪਣੇ ਕੋਲ ਬਣ ਗਿਆ A D B ਇਹ ਵਾਲਾ ADB ਹੁਣ ਇਹਦੇ ਵਿੱਚ ਆਪਾਂ ਦੇਖਦੇ ਆ ਏ ਡੀ ਬੀ ਦੇ ਵਿੱਚ ਆਪਾਂ ਕੀ ਕਰਾਂਗੇ ਲੰਬ ਵਟਾ ਆਧਾਰ ਲੰਬਾ ਆਪਣੇ ਕੋਲ ਹੋ ਗਿਆ AB ਤਾਂ ਆਧਾਰ ਆਪਣੇ ਕੋਲ ਸਾਰਾ ਦੇਖਣਾ ਹੋਣਾ ਇੱਥੇ ਪਹਿਲਾਂ ਆਪਾਂ ਨੇ ਸਿਰਫ ਦੇਖਿਆ ਸੀ BC ਦੇਖਿਆ ਸੀ ਹੁਣ ਆਪਾਂ BD ਦੇਖਾਂਗੇ BD ਤਾਂ ਲੰਬਟਾ ਆਧਾਰ ਕਿਤੇ ਹੋ ਗਿਆ tan ਦੇ ਬਰਾਬਰ ਹੁਣ ਇੱਥੇ ਆਪਣੇ ਕੋਲ tan ਕਿੰਨਾ ਆ ਜਾਊਗਾ 30 ਡਿਗਰੀ ਤਾਂ tan 30 ਦੀ ਵੈਲਿਊ ਕਿੰਨੀ ਹੈ 30 ਡਿਗਰੀ ਦੀ ਵੈਲਿਊ ਹੁੰਦੀ ਹੈ ਹੈਗੀਆ 1/√3 ਤਾਂ AB ਕਿੰਨਾ ਆਪਣੇ ਕੋਲ 75 ਤਾਂ BD ਆਪਾਂ ਉਵੇਂ ਲਿਖਿਆ ਤਾਂ ਇਹਨਾਂ ਨੂੰ ਆਪਾਂ ਨੇ ਲਿਖਣ ਤੋਂ ਬਾਅਦ ਕਰਾਸ ਮਲਟੀਪਲਾਈ ਤਿਰਸ਼ੀ ਗੁਣਾ ਤਾਂ BD ਨੂੰ ਇੱਕ ਨਾਲ ਗੁਣਾ ਕਰਕੇ ਉਹਨਾਂ ਹੀ ਆ ਗਿਆ ਤਾਂ BD ਬਰਾਬਰ ਕਿਹਦੇ ਹੋ ਗਈ 75 ਵਰਗਮੂਲ 3 ਦੇ ਤਾਂ ਜਿਹੜਾ BD ਆ BD ਨੂੰ ਆਪਾਂ ਜਿਹੜੇ ਕਿ ਖੋਲ ਕੇ ਲਿਖ ਸਕਦੇ ਆ ਆਪਣੇ ਕੋਲ BD A ਆ ਤਾਂ BD ਦੋ ਦਿਨ ਦੋ ਦੇ ਵਿਚਕਾਰ ਬਣਿਆ BC CD ਇਹਨੂੰ ਆਪਾਂ ਲਿਖ ਸਕਦੇ ਆ ਠੀਕ ਆ BD ਨੂੰ ਆਪਾਂ ਖੋਲ ਕੇ ਲਿਖ ਲਿਆ BC CD ਬਰਾਬਰ 75 ਵਰਗਮੂਲ 3 ਤਾਂ BC CD ਆਪਾਂ ਉੱਥੇ ਕਿੰਨੀ ਲਿਖ ਕੇ ਆਪਾਂ ਨੇ ਸਪੋਜ਼ ਕਰੀ ਹੋਈ ਹੈ x ਤਾਂ ਇਹ ਉਵੇਂ ਲਿਖਿਆ ਦੈਨ ਉਸ ਤੋਂ ਬਾਅਦ ਫੇਰ bc ਨੂੰ ਆਪਾਂ ਉੱਪਰ ਕਿੰਨਾ ਫਾਈਂਡ ਕੀਤਾ ਸੀ bc ਨੂੰ ਆਪਾਂ ਨੇ ਕੀਤਾ ਸੀ 75 ਤਾਂ bc ਆਪਾਂ ਲਿਖ ਲਈ 75 x ਵਰਗਮ 75 ਵਰਗਮੂਲ 3 ਤਾਂ ਇਹ ਹੋ ਗਿਆ ਨੰਬਰ 1 ਆਪਣਾ ਤਾਂ x ਨੂੰ ਆਪਾਂ ਇੱਧਰ ਲਿਖ ਲਿਆ x ਨੂੰ ਇੱਧਰ ਲਿਖਣ ਤੋਂ ਬਾਅਦ 75 ਵਰਗਮੂਲ 3 ਤਾਂ ਆਹ ਵਾਲਾ ਪਲੱਸ ਦਾ ਸੀ ਉਧਰ ਜਾ ਕੇ ਮਾਈਨਸ ਦਾ ਹੋ ਗਿਆ ਤਾਂ ਮਾਈਨਸ ਦਾ ਹੋਣ ਤੋਂ ਬਾਅਦ x x ਤੋਂ ਬਾਅਦ 75 75 ਇਹਨਾਂ ਦੋਨਾਂ ਦੇ ਵਿੱਚੋਂ ਆਪਾਂ ਜਿਹੜੇ ਕਿ ਕਾਮਨ ਕੱਢ ਲਿਆ 75 ਆ ਗਿਆ ਤਾਂ ਵਿੱਚ ਆਪਣੇ ਕੋਲ ਕੀ ਰਹਿ ਗਿਆ ਵਰਗਮੂਲ 3 1 a ਜਿਹੜੇ ਕਿ ਮੀਟਰ ਇਹ ਇਹਨਾਂ ਦੀ ਦੂਰੀ ਆ ਗਈ x x ਜਿਹੜੀ ਦੋ ਜਹਾਜ਼ਾਂ ਦੇ ਵਿਚਕਾਰ ਦੀ ਦੂਰੀ ਆਹ ਵਾਲੀ ਠੀਕ ਹੈ ਇਹ ਆਪਣਾ ਰਾਈਟ ਆਨਸਰ ਆ ਗਿਆ ਹਾਂਜੀ ਅਗਰ ਸੀ ਇੱਕ ਤੁਰਕੇ ਟੋਪੇ ਸ਼ੰਕੂ ਦੇ ਸ਼ਿਨਕ ਦੇ ਆਕਾਰ ਦੀ ਹੈ ਜੇਕਰ ਇਸ ਦੇ ਖੁੱਲੇ ਸਿਰੇ ਦਾ ਅਰਧ ਵਿਆਸ ਖੁੱਲੇ ਸਿਰੇ ਦਾ ਅਰਧ ਵਿਆਸ ਜਿਹੜਾ ਕਿ 10 ਸਮ ਹੈ ਤਾਂ ਉੱਪਰਲੇ ਸਿਰੇ ਦਾ ਅਰਧ ਵਿਆਸ 4 ਆ ਆਹ ਵਾਲਾ ਕਹਿੰਦਾ 4 ਆ ਤੇ ਆਹ ਵਾਲਾ ਖੁੱਲੇ ਸਿਰੇ ਦਾ ਕਿੰਨਾ 10 ਹੈ ਤਾਂ ਟੋਪੀ ਦੀ ਤਿਰਛੀ ਉਚਾਈ ਕਿੰਨੀ ਆ 15 ਤਿਰਛੀ ਉਚਾਈ ਇਹ ਵਾਲੀ ਜਿਹੜੀ ਕਿ ਠੀਕ ਹੈ ਇਹ 15 ਤਾਂ ਇਸ ਦੇ ਬਣਾਉਣ ਦੇ ਵਿੱਚ ਜਿੰਨਾ ਪਦਾਰਥ ਲੱਗਿਆ ਠੀਕ ਆ ਉਹਦਾ ਆਪਣਾ ਖੇਤਰਫਲ ਪਤਾ ਕਰਨਾ ਤੇ ਇਹਨੂੰ ਆਪਾਂ ਕਰਾਂਗੇ ਹਾਂ ਜੀ ਮੈਂ ਤੁਹਾਨੂੰ ਦੱਸੇ ਦਿੱਤਾ ਕਿ ਕਿਵੇਂ ਕਿਵੇਂ ਠੀਕ ਹੈ ਇੱਕ ਨੂੰ ਆਪਾਂ r1 ਮੰਨਾਂਗੇ ਇੱਕ ਨੂੰ ਆਪਾਂ r2 ਮੰਨਾਂਗੇ ਤਾਂ ਦੋ ਅਰਧ ਵਿਆਸ ਨੇ ਇੱਕ ਅਰਬਾਨਿਕ r2 ਠੀਕ ਹੈ r1 ਆਪਾਂ ਨੇ 10 ਲੈ ਲਿਆ r2 ਆਪਾਂ ਲਿਖਾਂਗੇ 4 ਸਨ ਠੀਕ ਹੈ ਤਾਂ ਟੋਪੀ ਦੇ ਉੱਪਰਲੇ ਸੀਰੇ ਦਾ ਅਰਧ ਵਿਆਸ ਹੋ ਗਿਆ r2 ਬਰਾਬਰ ਹੋ ਗਿਆ 4 ਦੀ ਤਿਰਛੀ ਉਚਾਈ ਆਪਾਂ ਨੂੰ l ਠੀਕ ਹੈ 5 ਹੋ 15 ਹੋ ਗਈ ਤਾਂ ਸ਼ਿੰਕ ਆਕਾਰ ਟੋਪੀ ਦੇ ਵਰਕ ਸਤਾਰਾ ਖੇਤਰਫਲ ਪਲੱਸ ਉੱਪਰਲੇ ਆਧਾਰ ਦਾ ਖੇਤਰਫਲ ਇਹ ਦੋ ਫਾਰਮੂਲੇ ਲਾਉਣੇ ਨੇ ਆਪਾਂ ਨੇ ਤਾਂ ਇਹਦਾ ਆ ਗਿਆ π l (r1 r2 ਉੱਪਰਲੇ ਆਧਾਰ ਦਾ ਖੇਤਰਫਲ ਪਾਈ ਆਰ ਦੀ 2 ਪਾਈ ਆਰ 2 ਹੈ ਆਰ 2 ਲੈਣੀ ਇੱਥੇ ਤਾਂ ਹੁਣ ਇਹਨੂੰ ਆਪਾਂ ਪੁੱਟ ਕਰ ਦਾਂਗੇ ਫਾਰਮੂਲੇ ਦੇ ਵਿੱਚ ਪਾਈ ਦੀ ਵੈਲਿਊ ਵਾਈ ਵਟਾ 7 ਐਲ ਜਿਹੜੀ ਕਿ 15 ਹੋਊਗੀ ਆਰ 1 ਆਪਣੇ ਕੋਲ 10 ਆ ਤੇ ਆਰ 2 ਆਪਣੇ ਕੋਲ 4 ਆ ਤਾਂ ਪਲੱਸ ਵਾਈ ਦੀ ਵੈਲਿਊ ਵਾਈ ਵਟਾ 7 ਆਰ 2 ਕਿੰਨੀ ਆਪਣੇ ਕੋਲ 4 ਉੱਪਰਲੇ ਸਿਰ ਆਪਣਾ 4 ਮੰਨਿਆ ਨੀਚੇ ਆਪਣਾ ਜਿਹੜਾ ਕਿ 10 ਉਹਨੂੰ ਆਪਣਾ ਆਰ 1 ਮੰਨਿਆ ਤਾਂ ਇਹ ਪੁੱਟ ਕਰਨ ਤੋਂ ਬਾਅਦ ਵਾਈ ਵਟਾ 7 15 ਤੇ ਇਹ 10 ਪਲੱਸ 4 ਕਿੰਨੇ ਹੋਗੇ 14 ਤਾਂ ਵਾਈ ਵਟਾ 7 ਜੋ ਕਮ ਚੋਕੀ ਕਿੰਨਾ ਹੋ ਗਿਆ 16 ਠੀਕ ਹੈ ਇਹ 7 ਨੇ 14 ਨੂੰ ਕੱਟਤਾ 2 ਤੇ 2 ਨੂੰ ਕੱਟਣ ਤੋਂ ਬਾਅਦ ਇੱਥੇ ਜਿਹੜਾ ਕਿ 22/7 ਗੁਣਾ 22 ਜਿਹੜਾ ਕਿ 7 ਦਾ ਖਤਮ ਹੋ ਗਿਆ 7 ਨੇ 14 ਨੂੰ ਕੱਟਤਾ ਤਾਂ ਆਪਣੇ ਕੋਲ ਰਹਿ ਗਿਆ 22 ਗੁਣਾ 15 ਨੂੰ 2 ਨਾਲ ਗੁਣਾ ਕਰਕੇ ਜਿਹੜਾ ਕਿ 30 ਆ ਜਾਊਗਾ 22 30 ਤਾਂ ਇੱਧਰ ਜਿਹੜਾ ਕਿ ਨਹੀਂ ਕਟਿੰਗ ਹੋ ਰਹੀ ਤਾਂ 22 ਨੂੰ ਆਪਾਂ ਨੇ 16 ਨਾਲ ਗੁਣਾ ਕਰਕੇ 352 7 22 ਨੂੰ ਆਪਾਂ 15 ਨਾਲ ਗੁਣਾ ਕਰਕੇ ਠੀਕ ਹੈ ਜਾਂ ਇੱਥੇ ਸਿੱਧਾ 30 ਵੀ ਲਿਖ ਸਕਦੇ ਹੋ 22 ਨੂੰ ਆਪਾਂ 30 ਨਾਲ ਗੁਣਾ ਕਰਕੇ 660 ਤਾਂ ਪਲੱਸ 352/7 ਤਾਂ ਇਹਦੇ નીચે 1 ਲਗਾ ਕੇ ਨ 1 ਲਗਾਉਣ ਤੋਂ ਬਾਅਦ ਆਪਾਂ ਇਹਨਾਂ ਦਾ ਐਲਸੀਐਮ ਲਵਾਂਗੇ ਐਲਸੀਐਮ ਲੈ ਕੇ ਜਿਹੜਾ ਕਿ ਆਪਣੇ ਕੋਲ 7 ਆ ਗਿਆ 7 ਨੂੰ 1 ਨਾਲ ਡਿਵਾਈਡ ਕਰਾਂਗੇ ਭਾਗ ਕਰਾਂਗੇ ਤਾਂ 1 ਨਾਲ ਭਾਗ ਕਰਨ ਤੋਂ 7 ਆ ਗਿਆ 7 ਨੂੰ 660 ਦੇ ਨਾਲ ਗੁਣਾ ਕਰਾਂਗੇ ਤਾਂ ਗੁਣਾ ਕਰਨ ਤੋਂ ਬਾਅਦ ਆਪਣੇ ਕੋਲ 4620 ਆ ਗਿਆ ਤਾਂ ਇਧਰ ਆਪਾਂ 7 ਨੂੰ 7 ਨਾਲ ਭਾਗ ਕਰਾ ਤਾਂ 1 ਆਇਆ ਤਾਂ 1 ਨੂੰ 352 ਨਾਲ ਗੁਣਾ ਕਰਕੇ 352 ਆ ਗਿਆ ਠੀਕ ਹੈ ਇਹ ਦੋਨੋਂ ਹੋ ਗਏ ਉੱਪਰਲੇ ਪਲੱਸ 7 ਹੋ ਗਿਆ ਤਾਂ 7 ਤੋਂ ਬਾਅਦ ਇਹਨੂੰ ਆਪਾਂ ਨੇ ਜਿਹੜੇ ਕੀ ਭਾਗ ਦੇ ਕੇ ਭਾਗ ਦੇਣ ਤੋਂ ਬਾਅਦ ਇਹਨੂੰ ਆਪਾਂ ਲਿਖ ਸਕਦਾ 710 2 ਸਹੀ 7 ਠੀਕ ਹੈ 710 ਸਹੀ 2 7 ਇਹਨੂੰ ਆਪਾਂ ਇਹ ਆਪਾਂ ਅਨਸਰ ਹੈ ਜਿਹੜੇ ਕੀ 97 ਅਗਰ ਤੁਸੀਂ ਇਹਵੇਂ ਨਹੀਂ ਲਿਖ ਸਕਦੇ ਤਾਂ ਇਹਨੂੰ ਸਿੱਧਾ ਜਿਹੜਾ ਕਿ ਭਾਗ ਕਰਨ ਤੋਂ ਬਾਅਦ ਜਿੰਨਾ ਆਣਾ ਸੀ ਉਹ ਲਿਖ ਸਕਦੇ ਸੀ ਇਹ ਜਿਹੜਾ ਕਿ ਰਿਮਾਈਂਡਰ ਆ ਗਿਆ ਠੀਕ ਹੈ ਇਹ ਉੱਪਰ ਆ ਗਿਆ ਇਹ ਉਹ ਲਿਖਿਆ ਹੋਇਆ ਹਾਂਜੀ ਅੱਗੇ ਇੱਕ ਖੜਾਉਣਾ ਇਹ ਵੀ ਜਾ ਪਾ ਕੇ ਸੀ ਇੱਕ ਖੜਾਉਣਾ ਅਰਧ ਵਿਆਸ 3.5 ਹੈ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਤਾਂ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਉੱਪਰ ਟਿਕਿਆ ਹੋਇਆ ਤੇ ਇਸ ਖੜਾਉਣੇ ਦੀ ਕੁੱਲ ਉਚਾਈ ਕਿੰਨੀ ਆ 15.5 ਸਮ ਹੈ ਤੇ ਇਸ ਖੜਾਉਣੇ ਦੇ ਕੁੱਲ ਸਤਹ ਦਾ ਖੇਤਰਫਲ ਪਤਾ ਕਰਨਾ ਤਾਂ ਇਹਦਾ ਆਨਸਰ ਦੇਖਦੇ ਹਾਂ ਹੁਣ ਤਾਂ ਇਹਦੇ ਵਿੱਚ ਅਰਧ ਗੋਲੇ ਦਾ ਅਰਧ ਵਿਆਸ ਕਿੰਨਾ ਦਿੱਤਾ ਹੋਇਆ 3.5 ਤਾਂ ਸ਼ੰਕੂ ਦੇ ਅਰਧ ਆਧਾਰ ਦਾ ਅਰਧ ਵਿਆਸ 3.5 ਤਾਂ ਖੜਾਉਣੇ ਦੀ ਕੁੱਲ ਉਚਾਈ ਆਪਾਂ ਨੂੰ 15 ਦਿੱਤੀ ਹੋਈ ਆ 15.5 ਤਾਂ ਆਪਾਂ ਸ਼ੰਕੂ ਦੇ ਭਾਗ ਦੀ ਉਚਾਈ ਕੀ ਕਰਾਂਗੇ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ ਤਾਂ ਮਾਈਨਸ ਕਰਕੇ ਕਿੰਨਾ ਆਜੂਗਾ ਆਪਣੇ ਕੋਲ 12 ਆਜੂਗਾ ਠੀਕ ਹੈ ਤਾ ਸ਼ੰਕੂ ਦੇ ਆਕਾਰ ਦੀ ਜਿਹੜੀ ਕਿ ਤਿਰਸ਼ੀ ਉਚਾਈ ਦਾ ਫਾਰਮੂਲਾ l ਵਰਗਮੂਲ h ਦੀ 2 r ਦੀ 2 ਤਾਂ ਇਹਦੇ ਵਿੱਚ h ਆਪਣੇ ਕੋਲ 12 ਆ ਗਈ ਸ਼ੰਕੂ ਦੀ ਠੀਕ ਹੈ ਸ਼ੰਕੂ ਦੀ ਉਚਾਈ 12 ਆ ਗਈ ਜੜ ਕੇ ਖੜਾਉਣੇ ਦੀ ਤਾਂ 15.5 ਆ ਤਾਂ r ਕਿੰਨੇ ਆ ਗਏ 3.5 ਤਾਂ 12 ਦਾ ਜਿਹੜਾ ਕਿ ਸਕੁਅਰ 144 ਹੋ ਗਿਆ ਤੇ 3.5 ਦਾ ਸਕੁਅਰ 12.25 ਹੋ ਗਿਆ ਤੇ ਇਹਨਾਂ ਨੂੰ ਪਲੱਸ ਕਰਕੇ 156.25 ਆ ਗਿਆ ਤਾਂ ਇਹਨੂੰ 156.25 ਨੂੰ ਆਪਾਂ ਲਿਖਦਾ 12.5 ਉਸ ਤੋਂ ਅੱਗੇ ਖੜਾਉਣੇ ਦੀ ਕੁੱਲ ਸਤਹ ਦਾ ਖੇਤਰਫਲ ਦੇ ਲਈ ਆਪਾਂ ਨੂੰ ਸ਼ੰਕੂ ਦੇ ਆਕਾਰ ਭਾਗ ਦੀ ਵਕਰ ਸਤਹ ਦਾ ਖੇਤਰਫਲ ਪਲੱਸ ਅਰਧ ਗੋਲਾਕਾਰ ਭਾਗ ਦੀ ਵਕਰ ਸਤਹ ਦਾ ਖੇਤਰਫਲ ਜਿਹੜੇ ਕਿ ਫਾਰਮੂਲੇ ਇਹ ਦੋਨੇ ਆਪਾਂ ਨੂੰ ਪੁੱਟ ਕਰਨੇ ਪੈਣਗੇ ਤਾਂ ਇਹ ਆਪਾਂ ਨੇ ਫਾਰਮੂਲੇ ਲਿਖੇ ਫਾਰਮੂਲੇ ਲਿਖਣ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜੀ ਕਿ ਸਾਰੀ ਵੈਲਿਊਜ਼ ਆਪਾਂ ਨੇ ਫਿਲ ਕਰਨੀਆਂ ਨੇ ਤਾਂ ਪਾਈ ਦੀ ਵੈਲਿਊ 22/7 r ਆ ਜਿਹੜੇ ਕਿ ਆਪਣੇ ਕੋਲ 3.5 l ਕਿੰਨੀਆਂ 12.5 ਸ਼ੰਕੂ ਦੀ ਤਾਂ ਪਲੱਸ ਇੱਧਰ 2 ਮੇ ਲਿਖਿਆ पाई दी वैल्यू पाई बटा 7 ਤਾਂ ਆਰ ਜਿਹੜੇ ਕਿ 2 ਆਪਣੇ ਕੋਲ ਹੈਗਾ ਮੀਨਸ ਆਰ ਦੀ ਪਾਵਰ 2 ਆਰ ਨੂੰ ਆਪਾਂ ਦੋ ਵਾਰ ਲਿਖਣਾ 3.5 3.5 ਤਾਂ ਇਹਨਾਂ ਨੂੰ ਮੈਂ ਪੁਆਇੰਟ ਵਾਲੇ ਨੂੰ ਤੁਹਾਨੂੰ ਦੱਸਿਆ ਕਿ ਹਮੇਸ਼ਾ ਤੁਸੀਂ ਜਿਹੜੇ ਕਿ ਪੁਆਇੰਟ ਹਟਾ ਕੇ ਲਿਖਣਾ ਤਾਂ ਪੁਆਇੰਟ ਹਟਾ ਕੇ ਜਿਹੜੇ ਕਿ نیچے ਪੁਆਇੰਟ ਤੋਂ ਬਾਅਦ ਜਦੋਂ ਇੱਕ ਡਿਜੀਟ ਆ ਤਾਂ ਉਹਦਾ 10 ਆ ਜਾਂਦਾ ਹੁੰਦਾ ਤਾਂ ਇਹਨਾਂ ਨੂੰ ਆਪਾਂ ਖੋਲ ਕੇ ਲਿਖ ਲਿਆ ਇੱਥੇ ਪਲੱਸ ਦਾ ਸਾਈਨ ਤਾਂ 7 ਨੇ 5 ਨੂੰ ਕੱਟਤਾ 7 5 35 5 ਆ ਗਿਆ ਤਾਂ 5 ਨੇ 10 ਨੂੰ ਕੱਟਤਾ 2 ਆ ਗਿਆ ਤਾਂ 2 ਨੇ ਜਿਹੜੇ ਕਿ 11 ਨੂੰ ਕੱਟਤਾ 11 ਆ ਗਿਆ ਇਧਰ 125 10 ਇਹ 5 ਦੇ ਟੇਬਲ ਦੇ ਕੱਟ ਗਏ 5 2 10 ਹੋ ਗਿਆ ਤਾਂ 5 ਦੇ ਟੇਬਲ ਤੇ ਜਿਹੜੇ ਕਿ 125 25 ਤੇ ਕੱਟ ਗਿਆ ਹੁਣ ਆਪਣੇ ਕੋਲ ਕੀ ਕੀ ਰਹਿ ਗਿਆ ਉਹਨਾਂ ਨੂੰ ਆਪਣੇ ਸਰਕਲ ਲਗਾਤਾ ਤਾਂ ਕਿ ਆਪ ਨੂੰ ਮਲਟੀਪਲ ਅਪਲਾਈ ਕਰਨਾ ਸੌਖਾ ਰਹੇ ਗੁਣਾ ਕਰਨਾ ਸੌਖਾ ਰਹੇ 11 125 2 ਰਹਿ ਗਿਆ ਸੀ ਤਾਂ ਇਧਰ ਵਾਲੀ ਦੇਖਦਾ ਕਟਿੰਗ ਇਧਰ ਵਾਲੇ ਚ ਜਿਹੜੇ ਕਿ 7 ਨੇ 35 ਨੂੰ ਕੱਟਦਾ 7 5 35 5 ਆ ਗਿਆ ਤਾਂ 5 ਨੇ 10 ਨੂੰ ਕੱਟਤਾ 2 ਤੇ ਠੀਕ ਆ 5 2 10 2 ਨੇ 22 ਨੂੰ ਕੱਟਤਾ 11 ਤੇ ਇਧਰੋਂ ਫੇਰ ਜਿਹੜਾ ਕਿ ਇਧਰੋਂ ਕਟਿੰਗ ਹੋ ਰਹੀ ਆ 35 ਤੇ 10 ਇਹ 5 ਦੇ ਟੇਬਲ ਤੇ 7 5 35 5 2 10 ਇਹ 2 ਆ ਜਿਹੜੇ ਕਿ 2 ਨੂੰ ਇਹਨੇ ਕੱਟ ਕਰਤਾ ਤਾਂ ਉੱਪਰ ਆਪਣੇ ਕੋਲ 11 7 ਰਹਿ ਗਿਆ ਸੀ 11 7 ਨੂੰ ਆਪਣੇ ਕੋਲ ਆ ਗਿਆ 77 ਤਾਂ ਇੱਧਰ ਆਪਣੇ ਕੋਲ ਰਿਹਾ ਸੀ 11 25 11 25 ਕਰਕੇ 275 ਆ ਗਿਆ 2 ਤਾਂ 275 2 ਨੂੰ ਆਪਣੇ ਭਾਗ ਕਰਨ ਤੋਂ ਬਾਅਦ ਆਪਣੇ ਕੋਲ ਆ ਗਿਆ 37.5 77 ਤਾਂ 37.5 ਦੇ ਵਿੱਚ ਆਪਾਂ 77 ਪਲੱਸ ਕਰਕੇ ਆਪਣਾ ਅਨਸਰ ਆਣਾ ਸੀ 214.5 ਇਹ ਜਿਹੜਾ ਕਿ ਰਾਈਟ ਆਨਸਰ ਸੀ ਨੈਕਸਟ ਆਪਾਂ ਲੌਂਗ ਕੁਐਸ਼ਨਸ ਦੇਖਦੇ ਹਾਂ ਤੇ ਥਿਊਰਮ ਮੈਚਿੰਗ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਜੋੜ ਫਲ ਦਾ ਫਾਰਮੂਲਾ ਇਹਦੇ ਨਾਲ ਹੀ ਮੈਚ 15ਵਾਂ ਪਦ ਮੀਨਸ a 15 a 14d ਉਸ ਤੋਂ ਬਾਅਦ ap n ਦਾ ਪਦ n ਦੇ ਲਈ ਜਿਹੜਾ ਕਿ s n s n 1 ap ਦਾ ਸਾਂਝਾ ਅੰਤਰ a n an ਇਹ ਵਾਲੀ ਸੀ ਇਹਦੀ ਮੈਚਿੰਗ ਦਰਨਾ ਪਾ ਭਾਗ ਇੜੀ ਦੇ ਵਿੱਚ ਜਿਹੜੇ ਕਿ ਇਹ ਵਾਲੀ ਇਹ ਵਾਲੀ ਥਿਊਰਮ ਸੀ ਥੇਲਸ ਥਿਊਰਮ ਸੀ ਥੇਲਸ ਥਿਊਰਮ ਨੈਕਸਟ ਹੈ ਜਿਹੜੀ ਕਿ ਇਹ ਵਾਲੀ ਇਹ ਹੈ ਸੀ ਪਾਈਥਾਗੋਰਸ ਦਾ ਉਲਟਕਰਮ ਪਾਈਥਾਗੋਰਸ ਦਾ ਉਲਟਕਰਮ ਸੀ ਕਨਵਰਸ ਸੀ ਇਹ ਪਾਈਥਾਗੋਰਸ ਦੀ ਤਾਂ ਆਪਾਂ ਕਿਵੇਂ ਪਤਾ ਲੱਗਿਆ ਕਿਉਂਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਪਹਿਲੀ ਪੋਝਾ ਦਾ ਸਾਹਮਣੇ ਵਾਲਾ ਕੋਣ ਹੈ ਜਿਹੜੇ ਕਿ ਸਮਕੋਣ ਤੇ ਇਹ ਪਾਈਥਾਗੋਰਸ ਦਾ ਉਲਟਕਰਮ ਸੀ ਇਹ ਥੇਲਸ ਥਿਊਰਮ ਸੀ ਤੁਹਾਡੇ ਮੈਥ ਦੇ ਵਿੱਚ ਦਿੱਤੀਆਂ ਹੋਈਆਂ ਨੇ ਬੁੱਕ ਦੇ ਵਿੱਚ ਹਾਂਜੀ ਨੈਕਸਟ ਆਪਾਂ ਕਰਦੇ ਹਾਂ ਦੋਨੋਂ ਹੀ ਸਮ ਪਹਿਲੇ ਦਾ ਜਿਹੜੇ ਕਿ ਆਪਾਂ ਨੇ ਮੱਧਮਾਨ ਪਤਾ ਕਰਨਾ ਸੀ ਦੂਜੇ ਦਾ ਬੌਲਕ ਤਾਂ ਮੱਧਮਾਨ ਕਰਨ ਦੇ ਲਈ ਆਪਾਂ ਨੇ ਜੋ ਉਮਰ ਸਾਲ ਸੀ ਉਹਨੂੰ ਐਵੇਂ ਵਰਗੰਤਰਾਲ ਦੇ ਵਿੱਚ ਲਿਖ ਲਿਆ ਤਾਂ ਰੋਗੀਆਂ ਦੀ ਸੰਖਿਆ ਨੂੰ ਆਪਾਂ ਐਫ ਐਫ ਆਈ ਠੀਕ ਹੈ ਤਾਂ ਇਹਦੇ ਵਿੱਚੋਂ ਇਹ ਆਪਾਂ ਨੇ ਉਵੇਂ ਲਿਖਿਆ ਇਹ ਲਿਖਿਆ ਐਫ ਆਈ ਦਾ ਆਪਾਂ ਜੋੜ ਕਰਤਾ 80 ਅਨਸਰ ਆ ਗਿਆ ਤਾਂ ਐਕਸ ਆਈ ਆਪਾਂ ਨੇ ਕਿਵੇਂ ਕੱਢਿਆ ਐਕਸ ਆਈ ਕੱਢਣ ਦੇ ਲਈ ਆਪਾਂ ਜਿਹੜਾ ਵਰਗੰਤਰਾਲ ਹੁੰਦਾ ਜਿਵੇਂ 5 15 5+15 ਇਹਨੂੰ ਜੋੜਨਾ ਇਹਨੂੰ ਜੋੜ ਕੇ ਬਣ ਗਿਆ 20 ਠੀਕ ਹੈ ਇਸ 20 ਨੂੰ ਆਪਾਂ ਨੇ ਅੱਧਾ-ਅੱਧਾ ਕਰਕੇ ਲਿਖਣਾ ਚਾਹੇ ਅੱਧਾ ਦ ਮੰਨ ਲਓ ਚਾਹੇ ਐਵੇਂ ਮੰਨ ਲਓ ਕਿ 20 ਨੂੰ ਆਪਾਂ ਨੇ 2 ਨਾਲ ਜਿਹੜੇ ਕਿ ਭਾਗ ਕਰਕੇ ਲਿਖਣਾ 20 ਨੂੰ 2 ਨਾਲ ਆਪਾਂ ਨੇ ਜਿਹੜੇ ਕਿ ਭਾਗ ਕਰਕੇ ਲਿਖਣਾ ਤਾਂ ਆਪਣਾ ਆ ਗਿਆ 10 ਠੀਕ ਹੈ 2 ਦੇ ਪਹਾੜੇ 'ਚ ਮਤਲਬ ਕਿ 20 ਆਉਂਦਾ 2 10 ਆਪਣੇ ਕੋਲ 10 ਆ ਗਿਆ ਐਵੇਂ 25 15 25 ਇਹ ਆਪਣੇ ਕੋਲ ਆ ਗਿਆ 40 ਤਾਂ 40 ਦਾ ਅੱਧ 20 ਹੋ ਗਿਆ ਚਾਹੇ 40 ਨੂੰ 2 ਨਾਲ ਭਾਗ ਕਰ ਦੋ ਆਪਣੇ ਕੋਲ 20 ਆ ਗਿਆ ਮੀਨਸ ਐਕਸ ਆਈ ਹੈ ਜਿਹੜੇ ਕਿ ਕੱਢਣ ਦੇ ਲਈ ਜਿਹੜਾ ਆਪਣਾ ਵਰਗ ਅੰਤਰਾਲ ਆ ਉਹਨੂੰ ਪਲੱਸ ਕਰਨਾ ਹੁੰਦਾ ਪਲੱਸ ਕਰਨ ਤੋਂ ਬਾਅਦ ਜਿੰਨਾ ਆਇਆ ਉਹਨੂੰ ਉਹਦਾ ਅੱਧ ਜਾ ਉਹਨੂੰ 2 ਨਾਲ ਭਾਗ ਕਰਕੇ ਇੱਧਰ ਲਿਖਣਾ ਹੁੰਦਾ ਤਾਂ ਹੁਣ ਐਫ ਆਈ ਐਕਸ ਆਈ ਕਿਵੇਂ ਕੱਢਦੇ ਹੁੰਦੇ ਨੇ ਐਫ ਆਈ ਐਕਸ ਆਈ ਇਹਨਾਂ ਦੋਨਾਂ ਦੇ ਆਪਸ ਵਿੱਚ ਮਲਟੀਪਲਾਈ ਠੀਕ ਆ ਆਪਸ ਚ ਗੁਣਾ 6 6 ਦਾ 60 11 ਦਾ 11 ਦਾ 20 11 ਨੂੰ ਆਪਾਂ 20 ਨਾਲ ਗੁਣਾ ਕਰਾਂਗੇ 220 ਠੀਕ ਆ 21 ਨੂੰ 3 ਨਾਲ ਗੁਣਾ ਕਰਾਂਗੇ 630 ਐਮ ਇ 23 ਨੂੰ 40 ਨਾਲ ਗੁਣਾ 920 14 ਨੂੰ 50 ਨਾਲ ਗੁਣਾ 700 5 ਨੂੰ 60 ਨਾਲ ਗੁਣਾ 300 ਧੰਨ ਉਸ ਤੋਂ ਬਾਅਦ ਜਿਹੜੇ ਕਿ ਐਫ ਆਈ ਐਕਸ ਆਈ ਦਾ ਜੋੜ ਇਹਦਾ ਜੋੜ ਆਉਣਾ ਸੀ 2830 ਫਿਰ ਮੱਧਮਾਨ ਦਾ ਫਾਰਮੂਲਾ sigma fi xi sigma fi ਤਾਂ fi xi ਆਪਣਾ 2830 ਆ ਗਿਆ ਤਾਂ fi c 80 ਤਾਂ 0 ਨੇ 0 ਨੂੰ ਕੱਟਤਾ ਉਸ ਤੋਂ ਬਾਅਦ 283 ਨੂੰ ਕਿਹਦੇ ਨਾਲ ਭਾਗ ਕਰਨੀ ਸੀ 8 ਨਾਲ 8 ਨਾਲ ਭਾਗ ਕਰਨ ਤੋਂ ਬਾਅਦ 35.37 ਅੰਤਰ ਆਉਣਾ ਸੀ 35.37 ਅੰਸਰ ਆਉਣਾ ਸੀ ਆ ਤੁਹਾਡੇ ਜਿਹੜੇ ਕਿ ਸਹੀ ਹੋਣਾ ਸੀ ਇਹ ਸਹੀ ਗਿਆ ਹੋਣਾ ਕਿਉਂਕਿ ਇਹ 6 ਮਾਰਕਸ ਦਾ ਸੀ ਦਨ ਬੌਲਕ ਇਹਨਾਂ ਦੋਨੋਂ ਚ ਤੁਸੀਂ ਇੱਕ ਕਰਨਾ ਸੀ ਬੌਲਕ ਦੇ ਲਈ ਇਹਦੇ ਵਿੱਚ ਕੀ ਕਰਨਾ ਹੁੰਦਾ ਜੋ ਬਾਰੰਬਾਰਤਾ ਬਾਰੰਬਾਰਤਾ ਦੇ ਵਿੱਚ ਤੁਸੀਂ ਦੇਖੀ ਦੇਖਣਾ ਹੁੰਦਾ ਵੀ ਜਿਹੜਾ ਸਭ ਤੋਂ ਵੱਧ ਵਾਲਾ ਜਿਹੜਾ ਸਭ ਤੋਂ ਵੱਧ ਆ ਮੀਨਸ ਗਿਣਤੀ ਦਾ ਅੱਖਰ ਜਿਹੜਾ ਸਭ ਤੋਂ ਵੱਧ ਆ ਉਹ ਜਿਵੇਂ ਹੈਗਾ 61 ਤਾਂ ਇਹ ਸਾਰੀ ਲਾਈਨ ਨੂੰ ਸਰਕਲ ਲਗਾ ਲੈ ਕਰਨ ਸਾਰੀ ਲਾਈਨ ਨੂੰ ਸਰਕਲ ਕਰ ਲਓ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਆ ਉਹ ਕੀ ਆ f1 f1 ਤਾਂ ਇੱਕ ਤੋਂ ਬਾਅਦ ਉੱਪਰ ਕੀ ਆਉਂਦਾ ਹੁੰਦਾ ਜ਼ੀਰੋ ਆਉਂਦੀ ਹੁੰਦੀ ਹੈ 0 1 2 ਐਵੇਂ ਚੱਲਦਾ ਹੁੰਦਾ ਹੁੰਦਾ ਤਾਂ ਤਾਂ f 0 ਉੱਪਰ f t niche matlab ki f0 52 hogi ta f2 kinne hogi 38 hogi ta ina dono da antar 60 te 80 da antar 80 de vichon 60 kade b e ki hojuga h ta es varg antaral da sab to lowest term kehdi hai matlab ki chota keda na cho 60 to 80 60 te 80 de vichon chota keda 60 oh ki hogi l ta ye sara formula ch put kar dena ਆ ਮੈਂ ਤੁਹਾਨੂੰ ਸਾਰਾ ਦੱਸ ਦੇ ਦਿੱਤਾ ਦੈਨ ਆਪਾਂ ਫਾਰਮੂਲਾ ਦੇਖਦੇ ਆ ਬੌਲਕ ਦਾ ਫਾਰਮੂਲਾ L+ F1-F0/2 F1-F0-F2 H ਤਾਂ ਇਹਦੇ ਵਿੱਚ L ਆਪਣੀ 60 F1 60 61 F1 61 ਤੇ F0 ਕਿੰਨੀ ਸੀ -52 ਠੀਕ ਆ ਮਾਈਨਸ ਦਾ ਵਿੱਚ ਨਿਸ਼ਾਨ ਆ ਗਿਆ 2 ਉਮੀ ਲਿਖਿਆ f1 ਕਿੰਨੀ ਆ 61 61 f0 ਕਿੰਨੀ ਆ 52 ਤੇ f2 ਕਿੰਨੀ ਆ ਆਪਾਂ ਮਾਈਨਸ ਦਾ ਨਿਸ਼ਾਨ ਤਾਂ ਜਿਹੜਾ ਕਿ ਫਾਰਮੂਲੇ ਵਾਲਾ ਵਰਤਣਾ 38 ਤੇ ਗੁਣਾ ਆਪਣੇ ਕੋਲ h ਕਿੰਨੀ ਸੀ b ਤਾਂ ਇਹਨੂੰ ਅੱਗੇ ਕਰਕੇ ਆਪਣੇ ਕੋਲ ਕਿੰਨਾ ਆ ਗਿਆ 60 ਉਮੀ ਲਿਖਿਆ 61 ਚੋਂ 52 ਮਾਈਨਸ ਕਰੇ ਤਾਂ ਆਪਣਾ ਅਗਰ 9 ਆ ਗਿਆ 2 ਨੂੰ 61 ਨਾਲ 61 ਤੋਂ 2 ਨਾਲ ਗੁਣਾ ਕਰਕੇ 122 ਆ ਗਿਆ ਫਿਰ ਆ ਵੀ ਮਾਈਨਸ ਤਾਂ ਆ ਵੀ ਮਾਈਨਸ ਆ ਮਾਈਨਸ ਮਾਈਨਸ ਪਲੱਸ ਤਾਂ 52 ਦੇ ਵਿੱਚ 38 ਨੂੰ ਪਲੱਸ ਕਰ ਦੋ कि आ गया नब्बे बट आ वाला साइन का आजगा माइनस माइनस प्लस करेंगे बट जिड़ी कि बड़ी रकम किया माइनस का निशान तो अपने को आ गया माइनस का गुणा बी उस तो बाद सठ गुणा नौ बटा एक सौ बई दे भी चो नब्बे माइनस करते आ गया बत्ती गुणा बी बत्ती ज अपने को टेबल कट रहे हैं दो पहाड़े पर कट रहे हैं यह बत्ती कट के आ गया अपने को सोलह ठीक है बीन कट के आ गया अपने को दस ਤਾਂ 16 ਤੇ 10 ਇਹ ਫਿਰ ਤੋਂ ਦੋ ਦੇ ਪਹਾੜੇ ਤੇ ਕੱਟ ਰਹੇ ਨੇ 5 2 10 ਠੀਕ ਹੈ 8 2 16 ਤਾਂ ਅੱਠ ਤਾਂ ਹੁਣ ਆਪਣੇ ਕੋਲ ਜੋ-ਜੋ ਚੀਜ਼ ਬਚ ਗਈ ਉਹ ਨੂੰ ਆਪਾਂ ਨੇ ਬ੍ਰੈਕਟ ਦੇ ਵਿੱਚ ਕਰ ਲਿਆ ਕਰੋ ਤਾਂ ਕਿ ਈਜ਼ੀ ਰਹਿੰਦਾ ਫਿਰ ਗੁਣਾ ਕਰਨਾ 60 ਉਮੀ ਲਿਖਿਆ ਤੇ 95 ਆ 45 8 60 ਉਮੀ ਲਿਖਿਆ 45 ਨੂੰ 8 ਨਾਲ ਜਿਹੜੇ ਕਿ ਭਾਗ ਕਰਤੀ 45 ਨੂੰ 8 ਨਾਲ ਭਾਗ ਕਰਕੇ ਆਪਣੇ ਕੋਲ ਆ ਗਿਆ 5.625 ਤਾਂ 60 ਦੇ ਵਿੱਚ 5.625 ਜਿਹੜੇ ਕਿ ਪਲੱਸ ਕਰਨਾ ਤਾਂ ਆਪਣੇ ਕੋਲ ਆ ਗਿਆ 65.625 ਅਨਸਰ ਆ ਗਿਆ ਠੀਕ ਆ 65.625 ਇਹ ਜਿਹੜਾ ਕਿ ਰਾਈਟ ਆਨਸਰ ਸੀ ਹਾਂਜੀ ਇਹ ਸੀ ਤੁਹਾਡੇ ਜਿਹੜੇ ਕਿ ਮੈਥਮੈਟਿਕਸ ਦਾ ਜੋ ਕੱਲ ਐਗਜ਼ਾਮ ਹੋ ਚੁੱਕਿਆ ਉਹਦੇ ਆਨਸਰਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕਸ